ਇੱਕ ਨਾਂ ਦੇ ਕਰਪੁੱਤ ਪੁੱਤਾਂ ਕਰਪੁੱਤਰੇ ਇੱਕ ਨਾਂ ਦੇ ਕਰਤੀਆਂ ਤੀਆਂ ਕਰਦੋਤਰੇ ਇੱਕ ਨਾਂ ਦੇ ਘਰ ਇੱਕ ਜੇ ਉਹ ਵੀ ਜਾਵੇ ਮਰ ਤਾਂ ਸਾਹਿਬ ਨੂੰ ਕੌਣ ਕਹੇ ਇੰਜਨੀ ਤੋਂ ਇੰਜ ਕਰ ਸਾਲੀ ਜੋ ਪੰਜਾਬੀ ਇੰਡਸਟਰੀ ਨੇ ਬੜਾ ਵੱਡਾ ਚਟਕਾ ਲਕਾਇਆ ਬਹੁਤ ਵੱਡਾ ਜਿਹੜਾ ਅਸੀਂ ਸ਼ਬਦਾਂ ਦੇ ਵਿੱਚ ਵੀ ਸ਼ਾਦ ਉਸ ਚੀਜ਼ ਦੇ ਬਾਰੇ ਉਹਨਾਂ ਜ਼ਿਕਰ ਨਿਕਾ ਸਕਦੇ ਬਿਆਨ ਨਿਕਾ ਸਕਦੇ ਕਿਉਂਕਿ ਨਾ ਸਿਰਫ ਆਪਣੇ ਦੇਸ਼ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਗੱਲ ਕਰੀਏ ਤਾਂ ਹਰ ਇੱਕ ਦੀਆਂ ਅੱਖਾਂ ਨਾਮ ਪਈਆਂ ਨੇ ਇਸ ਟਾਈਮ ਤੇ ਸਿੱਧੂ ਦੇ ਹੁੰਦੇ ਹੋਏ ਸਿੱਧੂ ਦੇ ਖਿਲਾਫ ਬੋਲਦੇ ਸੀ ਉਹਨਾਂ ਨੇ ਵੀ ਪੋਸਟਾਂ ਪਾਈਆਂ ਕਿ ਬਹੁਤ ਮਾੜਾ ਹੋਇਆ ਅਸਲ ਗੱਲ ਇਹ ਹੈ ਕਿ ਸਾਡੇ ਹਾਲੇ ਵੀ ਲੋਕਾਂ ਨੂੰ ਬਹੁਤ ਸਾਰੇ ਨੂੰ ਇਹ ਨਹੀਂ ਪਤਾ ਕਿ ਸਿੱਧੂ ਮੂਸੇਵਾਲਾ ਕੀ ਚੀਜ਼ ਸੀ। ਬਹੁਤ ਵੱਡਾ ਬੰਦਾ ਸੀ। ਪਰ ਅੱਜ ਉਹ ਲੋਕ ਹਾਰ ਗਏ। ਸਿੱਧੂ ਨੂੰ ਗੋਲੀਆਂ ਮਾਰਨ ਤੋਂ ਬਾਅਦ ਵੀ ਲੋਕ ਹਾਰ ਗਏ। ਜਿਹੜੇ ਪੰਜਾਬੀ ਜੀ ਨੇ ਬੋਲਦੇ ਵੀ ਨਹੀਂ। ਜਿਨ੍ਹਾਂ ਨੂੰ ਸ਼ਾਇਦ ਸਮਝ ਵੀ ਨਹੀਂ ਆਉਂਦੀ ਹੋਵੇ। ਉਹ ਲੋਕ ਸਿੱਧੂ ਮੂਸੇਵਾਲਾ ਵਾਲੇ ਵਾਲੇ ਰੋ-ਰੋ ਕੇ ਟਵੀਟ ਕਰ ਰਹੇ ਨੇ, ਰੋ-ਰੋ ਕੇ ਪੋਸਟਾਂ ਪਾ ਰਹੇ ਨੇ। ਅਰ ਮੈਂ ਆਪਣੇ ਆਪ ਤੇ ਨਸ਼ਮਿੰਦਾ ਹੋਇਆ ਕਿ ਵਰਡ ਦਾ ਐਡਾ ਬੰਦਾ ਸਾਡਾ ਪੰਜਾਬੀ ਬੰਦਾ ਵਰਡ ਦਾ ਐਡਾ ਫੇਮਸ ਬੰਦਾ ਮੈਂ ਇਹਨੂੰ ਸੁਣਨ ਤੋਂ ਬਿਨਾ ਕਿਵੇਂ ਬੰਜਾ ਰਹਿ ਗਿਆ ਮੈਨੂੰ ਅਜੇ ਤੱਕ ਸੁਣਿਆ ਕਿਉਂ ਜਦੋਂ ਸਿਆਸਤ ਜੋਇਨ ਕਰਦਾ ਤਾਂ ਅਸੀਂ ਇਹਨੂੰ ਪੁੱਛਦੇ ਹਾਂ ਕਿ ਸਿੱਧੂ ਤੂੰ ਸਿਆਸਤ ਤੋਂ ਕੀ ਲੈਣਾ ਸੀ ਤੂੰ ਤਾਂ ਐਵੇਂ ਸੀ ਬਹੁਤ ਵੱਡਾ ਹੈ ਨਾ ਚੀਜ਼ਾਂ ਤੋਂ ਉੱਪਰ ਹੈ ਤੂੰ ਤਾਂ ਉਹ ਜਿਹੜਾ ਜਵਾਬ ਦਿੰਦਾ ਨਾ ਉਹ ਜਵਾਬ ਚੁੱਪ ਕਰਾ ਦਿੰਦਾ ਸਾਨੂੰ ਇਹੜੇ ਸਿੰਗਰ ਕਲਾਕਾਰ ਭਰਾ ਨੇ ਉਹਦੇ ਸ਼ੋਅ ਬੁੱਕ ਸੀ ਕਿਹਦਾ 2 ਦਿਨ ਬੁੱਕ ਸੀ ਕਿਹਦਾ 5 ਨੂੰ 7 ਨੂੰ ਕਈਆਂ ਦੇ ਬੁੱਕ ਸੀ ਸ਼ੋਅ ਉਹਨਾਂ ਨੇ ਸ਼ੋਅ ਕੈਨਸਲ ਕਰ ਦਿੱਤੇ ਕਈ ਬੰਦੇ ਤਾਂ ਅੰਡਰਸਟੈਂਡ ਕਰ ਗਏ ਵੀ ਠੀਕ ਹੈ ਇਹ ਜੇ ਮੌਲ ਤੁਸੀਂ ਨਹੀਂ ਕਰ ਸਕਦੇ ਛੁ ਠੀਕ ਹੈ ਆਪਾਂ ਫਿਰ ਕਰ ਲਾਂਗੇ ਕਈ ਬੰਦੇ ਅੱਗੋਂ ਉਹਨਾਂ ਦੇ ਗਲ ਪੈ ਗਏ ਅਸੀਂ ਤੁਹਾਡੇ ਤੇ ਕੇਸ ਕਰਾਵਾਂਗੇ ਉਹ ਫਿਰ ਇੰਡਸਟਰੀ ਨੇ ਰਲ ਕੇ ਸਟੈਂਡ ਲਿਆ ਇਸ ਗੱਲ ਦੇ ਵਿੱਚ ਵੀ ਨਹੀਂ ਤੁਸੀਂ ਕੇਸ ਕਰ ਲਓ ਕੋਈ ਗੱਲ ਨਹੀਂ ਅਸੀਂ ਸਾਰੀ ਇੰਡਸਟਰੀ ਰਲ ਕੇ ਜਵਾਬ ਦੇਵਾਂਗੇ ਕਿ ਇਹੋ ਜਿਹਾ ਮੌਕਾ ਨਹੀਂ ਹੈ ਕਿ

ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋpro punjab tv ਮੈਂ ਖੁਸ਼ੀ ਸਰਾਤ ਹਾਂ ਅੱਜ ਮੈਂ ਤੁਹਾਡੀ ਸਭ ਦੀ ਮੁਲਾਕਾਤ ਕਰਵਾਉਣ ਜਾ ਰਹੀਆਂ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਮਲਕੀਤ ਰੌਨੀ ਚਿਤਨਾਨ ਜਿਸ ਟਾਈਮ ਮਿਰਨਾਲ ਮੌਜੂਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੂਪਪੰਜਾਬ ਦੇ ਦੇ ਸਾਰੇ ਦਰਸ਼ਕਾਂ ਨੂੰ ਪਰ ਪ੍ਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮਲਕੀਤ ਸਰ ਗੱਲ ਕਰ ਲੈਣਿਆ ਫਿਲਮ ਨੂੰ ਲੈ ਕੇ ਕਾਫੀ ਟਾਈਮ ਦੀ ਫਿਲਮ ਰਿਲੀਜ਼ ਹੋ ਰਹੀ ਸੀ ਬਟ ਕਿਤੇ ਨਾ ਕਿਤੇ ਲਾਕਡਾਊਨ ਦੇ ਕਰਕੇ ਰਿਲੀਜ਼ ਨਹੀਂ ਸੀ ਹੋ ਪਾਰੇ ਸੋ ਫਾਈਨਲੀ 17 ਜੂਨ ਨੂੰ ਪੋਸਟੇ ਫਿਲਮ ਰਿਲੀਜ਼ ਹੋਣ ਝਾਰਿਆ ਸੋ ਸਭ ਤੋਂ ਪਹਿਲਾਂ ਥੋੜਾ ਜਿਆ ઓਵਰঅল ਕਨਸੈਪਟ ਕੀ ਨੇ ਦਾਇਆ ਉਹਦੇ ਬਾਰੇ ਆਡੀਅנס ਨੂੰ ਦੱਸ ਦੋ ਦੇਖੋ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਹੰਬਲ ਮੋਸ਼ਨ ਪਿਕਚਰ ਨੇ ਹਮੇਸ਼ਾ ਲੈਬ ਕਨਸੈਪਟ ਨੂੰ ਲੈ ਕੇ ਫਿਲਮਾਂ ਬਣਾਈਆਂ ਚਾਹੇ ਉਹ ਅਰਦਾਸ ਵਰਗੀ ਫਿਲਮ ਹੋਵੇ ਅਰਦਾਸ ਕਰਾਂ ਵਰਗੀ ਫਿਲਮ ਹੋਵੇ ਮੰਜੇ ਬਿਸਤਰੇ ਹੋਵੇ ਜਾਂ ਸਾਡੀਆਂ ਇਹ ਫਿਲਮਾਂ ਨੇ ਉਹਨਾਂ ਦੀ ਅੱਗੇ ਆ ਕੇ ਮਾਂ ਫਿਲਮ ਆਉਂਦੀ ਹੈ ਜਾਂ ਹੁਣ ਪੋਸਟ ਦੀ ਫਿਲਮ ਆਉਂਦੀ ਹੈ। ਜੀ। ਸੋ ਇੱਕ ਵੇਰੀਏਸ਼ਨ ਦਾ ਸਿਨੇਮਾ ਹੈ। ਅਲੱਗ-ਅਲੱਗ ਸਬਜੈਕਟਾਂ 'ਤੇ ਫਿਲਮ ਬਣਾਉਂਦੇ ਨੇ। ਇਹ ਕੈਸੇ ਜਨਜੀਵਨ ਦੀ ਕਹਾਣੀਆਂ ਜਿਹੜਾ ਸਾਡਾ ਪਿੰਡਾਂ ਸ਼ਹਿਰਾਂ ਦਾ ਸਟਰਕਚਰ ਹੈ। ਜੀ। ਉਹਨੂੰ ਬਿਆਨ ਕਰਦਾ ਹੈ ਕਿ ਅਸੀਂ ਕਿੱਥੋਂ ਚੱਲੇ ਸੀ ਸਾਡੀਆਂ ਮੋਹ ਮੁਹੱਬਤਾਂ ਸੀ ਜਿਹੜੀਆਂ ਸਾਡਾ ਜਿਹੜਾ ਸਮਾਜ ਦੇ ਵਿੱਚ ਰਹਿਣ ਸਹਿਣ ਸੀ ਉਹ ਕਿਹੋ ਜਿਹਾ ਸੀ ਤੇ ਅਸੀਂ ਉਹਨੂੰ ਕਿਵੇਂ ਬਦਲ ਲਿਆ। ਅਸੀਂ ਉਹ ਜਿਹੜਾ ਸੁੰਦਰ ਸਾਡਾ ਚਿਹਰਾ ਸੀ, ਲਸ਼ਸ਼ਕਾਰਦਾ ਚਿਹਰਾ ਸੀ ਉਹਨੂੰ ਕ੍ਰੂਪ ਕਿਵੇਂ ਕਰ ਲਿਆ। ਉਦੇ ਵਿੱਚ ਬਹੁਤ ਸਾਰੇ ਚੀਜ਼ਾਂ ਜਿਹਦੇ ਵਿੱਚ ਮੰਗੇ ਟਾਈਟਲ ਤੋਂ ਉੱਪਰੋਂ ਪਤਾ ਲੱਗਦਾ ਕਿ ਕਿੰਨਾ ਸ਼ੇਦੀ ਗੱਲ ਵੀ ਹੈ। ਉਹਦੇ ਵਿੱਚ ਸਿਸਟਮ ਵੀ ਹੈ ਕਿ ਨਸ਼ਾ ਨੂੰ ਕਿਵੇਂ ਅਪਰੇਟ ਕਰਦਾ ਹੈ। ਨਸ਼ਾ ਆਮ ਲੋਕਾਂ ਦੇ ਜਨ ਜੀਵਨ ਚ ਕਿਵੇਂ ਆਉਂਦਾ ਹੈ। ਪਹਿਲਾਂ ਬਹੁਤ ਸਾਰੇ ਲੋਕ ਇਹ ਸੀ ਜਿਹੜੇ ਆਮ ਸੁਧਾਰਨ ਜਿਹੜਾ ਸਿੰਪਲ ਜੀਵਨ ਉਹਨੂੰ ਜੀਉਣਾ ਪਸੰਦ ਕਰਦੇ ਸੀ। ਅੱਜ ਇਹ ਮਸਲਾ ਹੋ ਗਿਆ ਕਿ ਹਰ ਬੰਦੇ ਨੂੰ ਲੱਗਦਾ ਕਿ ਮੈਂ ਨਾ ਜਿਹੜੇ ਮਰਜ਼ੀ ਫੀਲਡ ਚ ਹੋਵੇ ਕਿ ਮੈਂ ਤਾਂ ਸੈਲੀਬ੍ਰਿਟੀ ਚਾਹੀਦਾ। ਸੁਪਨੇ ਲੈਣਾ ਚੰਗੀ ਗੱਲ ਹੈ ਸੁਪਨੇ ਲੈਣੇ ਚਾਹੀਦੇ ਨੇ ਪਰ ਉਹਨਾਂ ਸੁਪਨਿਆਂ ਦੀ ਪੂਰਤੀ ਲਈ ਤੁਹਾਨੂੰ ਹਮੇਸ਼ਾ ਸਖਤ ਮਿਹਨਤ ਕਰਨੀ ਪਾਉਗੀ ਕੋਈ ਸ਼ਾਰਟਕਟ ਰਸਤਾ ਤੁਹਾਨੂੰ ਜੱਭ ਨਹੀਂ ਸਕਦੇ ਸੋ ਸ਼ਾਰਟਕਟ ਰਸਤਾ ਲੱਭ ਕੇ ਸਾਡੇ ਬੰਦਿਆਂ ਨੇ ਆਪਣੀ ਜ਼ਿੰਦਗੀ ਦਾ ਪੰਧ ਕਿਵੇਂ ਬਰਬਾਦ ਕਰ ਲਿਆ ਇਹ ਐਸੀ ਇੱਕ ਬੜੀ ਪਿਆਰੀ ਕਹਾਣੀ ਰਾਣਾ ਅਨਵੀਰ ਹੋਣੇ ਨੇ ਲਿਖੀ ਜਿਹੜੀ ਤੇ ਡਾਇਰੈਕਟ ਕੀਤੀ ਫਿਲਮ ਹੈ ਸੋ ਦੋ ਤਿੰਨ ਬਾਰ ਤੁਹਾਨੂੰ ਪਤਾ ਡੇਟ ਹੋਈ ਕਰੋਨਾ ਵਜਾ ਕਰਕੇ ਹੋਇਆ ਤੇ ਆ ਫੇਰ ਵੀ ਹੁਣ ਤਿੰਨ ਤਰੀਕ ਨੂੰ ਫੇਰ ਰਿਲੀਜ਼ ਹੋਣੀ ਸੀ ਫੇਰ ਅੱਗੇ ਕਰਨੀ ਪਈ ਸੋ ਫਾਈਨਲੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਜਿਹੜਾ ਮੈਨੂੰ ਪਰਸਨਲੀ ਚੰਗਾ ਲੱਗਦਾ ਨੇ ਕਿ ਸਿਨੇਮਾ ਉਹੀ ਚੰਗਾ ਹੁੰਦਾ ਜੋ ਸਾਡੇ ਸਮਾਜ ਦੇ ਵਿੱਚ ਵਾਪਰ ਰਿਹਾ ਜਿਹੜਾ ਉਹਨੂੰ ਸਾਡੇ ਅੱਗੇ ਪੇਸ਼ ਕਰਦਾ ਅਸੀਂ ਅਕਸਰ ਕਹਿੰਦੇ ਆ ਕਿ ਜਿਹੜਾ ਕਲਾਕਾਰ ਹੁੰਦਾ ਜਾਂ ਕਲਾ ਹੁੰਦੀ ਹੈ ਉਹ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਸਮਾਜ ਨੂੰ ਸ਼ੀਸ਼ਾ ਦਿਖਾਉਂਦੀ ਆ ਉਹ ਜੇ ਤੁਹਾਡੇ ਸਮਾਜ 'ਚ ਆ ਕੁਝ ਵਾਪਰ ਰਿਹਾ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਸਾਡੀਆਂ ਬੱਚੀਆਂ ਦੇ ਨਾਲ ਕੁਝ ਗਲਤ ਹੋ ਰਿਹਾ ਸਾਡੀਆਂ ਧੀਆਂ ਪੜਾਣਾਂ ਨਾਲ ਕੁਝ ਗਲਤ ਹੋ ਰਿਹਾ ਕਿਸੇ ਇੱਕ ਤਬਕੇ ਦੇ ਨਾਲ ਕੋਈ ਗਲਤ ਕੁਝ ਹੋ ਰਿਹਾ ਹੈ ਸਾਨੂੰ ਕਿਸੇ ਹੋਰ ਪਾਸੇ ਧੱਕਿਆ ਜਾ ਰਿਹਾ ਸਾਡੀ ਐਜੂਕੇਸ਼ਨ 'ਚ ਪ੍ਰੋਬਲਮ ਹੈ ਜਾਂ ਸਾਡੇ ਬੋਟ ਸਿਸਟਮ ਚ ਪ੍ਰੋਬਲਮ ਹੈ ਜਿੱਥੇ ਵੀ ਕੋਈ ਦਿੱਕਤ ਹੈ ਸਿਨੇਮੇ ਨੇ ਆਪਣਾ ਕੰਮ ਕਰਨਾ ਹੁੰਦਾ ਸ਼ੀਸ਼ਾ ਦਿਖਾਉਣਾ ਹੁੰਦਾ ਕਿ ਤੁਹਾਡੇ ਸਿਸਟਮ ਦੇ ਵਿੱਚ ਤੁਹਾਡੇ ਸਮਾਜ ਦੇ ਵਿੱਚ ਆਹ ਕੁਝ ਵਾਪਰ ਰਿਹਾ ਹੈ ਤੁਸੀਂ ਇਹਨੂੰ ਕਿਵੇਂ ਤਬਦੀਲ ਕਰਨਾ ਹੈ ਇਹ ਤੁਹਾਡੇ ਤੇ ਸਵਾਲ ਛੜਦਾ ਸਿਨੇਮਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਿਨੇਮਾ ਸਿਰਫ ਐਂਟਰਟੇਨਮੈਂਟ ਦਾ ਸਾਧਨ ਹੈ ਸਿਨੇਮਾ ਸਿਰਫ ਤੇ ਸਿਰਫ ਐਂਟਰਟੇਨਮੈਂਟ ਦਾ ਸਾਧਨ ਨਹੀਂ ਸਿਨੇਮੇ ਕੋਲ ਇੱਕ ਅਥਾਹ ਸ਼ਕਤੀ ਹੈ ਜਿਹੜੀ ਕਿਸੇ ਯੁੱਗ ਨੂੰ ਬਦਲ ਸਕਦੀ ਹੈ ਸੋ ਇਸ ਕਰਕੇ ਸਿਨੇਮੇ ਦੇ ਵਿੱਚ ਜਿੱਥੇ ਤੁਸੀਂ ਮਨੋਰੰਜਨ ਵੀ ਕਰਦੇ ਹੋ ਜਿੱਥੇ ਤੁਸੀਂ ਆਪਣਾ ਟਾਈਮ ਸਪੈਂਡ ਕਰਦੇ ਹੋ ਜਿੱਥੇ ਤੁਸੀਂ ਆਪਣੀ ਰੋਜ਼ਮਰਹ ਦੀ ਨੱਠ ਭਾਈ ਤੋਂ ਪਾਸੇ हट ਕੇ ਕਿਸੇ ਹੋਰ ਕਹਾਣੀ ਵਿੱਚ ਗੁਆਚ ਜਾਂਦੇ ਹੋ ਹੋਰ ਕਹਾਣੀ ਨੂੰ ਦੇਖਣਾ ਪਸੰਦ ਕਰਦੇ ਹੋ ਉੱਥੇ ਮੈਂ ਸਮਝਦਾ ਕਿ ਸਿਨੇਮੇ ਕੋਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਬਹੁਤ ਸਾਰੀਆਂ ਸਿਨੇਮੇ ਕੋਲ ਸੁਭਾਵਨਾਵਾਂ ਨੇ ਜਿਨ੍ਹਾਂ ਨੂੰ ਸਾਨੂੰ ਸਾਂਭਣਾ ਚਾਹੀਦਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਇਹ ਪ੍ਰੋਡਕਸ਼ਨ ਹਾਊਸ ਹੈ ਹੰਬਲ ਮੋਸ਼ਨ ਪਿਕਚਰ ਇਹ ਅਲੱਗ-ਅਲੱਗ ਬੇਸ਼ਾਂ ਤੇ ਫਿਲਮਾਂ ਲੈ ਕੇ ਆਉਂਦਾ ਹੈ ਕਿਉਂਕਿ ਜਦੋਂ ਅਸੀਂ ਤੁਸੀਂ ਸਾਰੇ ਇਸ ਦੁਨੀਆ 'ਚ ਨਹੀਂ ਰਹਾਂਗੇ ਸਿਨੇਮੇ ਨੇ ਉਦੋਂ ਵੀ ਜਿਉਂਦੇ ਰਹਿਣਾ ਹੈ ਅਜਰਾਜ ਕਪੂਰ ਸਾ ਸਾਡੇ ਚ ਨਹੀਂ ਹੈਗੇ ਦੇਵਾਨੰਦ ਜੀ ਨਹੀਂ ਹੈਗੇ ਸਾਡੇ ਚ ਬਰਿੰਦਰ ਜੀ ਨਹੀਂ ਹੈਗੇ ਸਾਡੇ ਚ ਪਰ ਸਿਨੇਮਾ ਤਾਂ ਅੱਜ ਵੀ ਜਿਉਂਦਾ ਹੈ ਅੱਜ ਵੀ ਉਹ ਉਹਨਾਂ ਦੀ ਫਿਲਮਾਂ ਜਿਉਂਦੀਆਂ ਸੋ ਇਸ ਕਰਕੇ ਜਦੋਂ ਤੁਸੀਂ ਨਹੀਂ ਹੋਵੋਗੇ ਆਉਣ ਵਾਲੀ ਪੀੜ੍ਹੀ ਨੇ ਵੀ ਸਿਨੇਮਾ ਦੇਖਣਾ ਹੈ ਉਹਨਾਂ ਨੇ ਦੇਖਣਾ ਕਿ ਐਸ ਸੰ ਦੇ ਵਿੱਚ ਜਿਹੜੇ ਪੁਰਾਣੇ ਬੰਦੇ ਸੀ ਮਸ਼ਹੂਰ ਬੰਦੇ ਸੀ ਕੀ ਕਰ ਰਹੇ ਸੀ ਸੋ ਸਿਨੇਮਾ ਬਣਾ ਬਣਾਉਣਾ ਬੜੀ ਜ਼ਿੰਮੇਵਾਰੀ ਦਾ ਕੰਮ ਹੈ ਕਦਰ ਤੁਸੀਂ ਕਿਹਾ ਕਿ ਜੋ ਹੁੰਦਾ ਆ ਉਹੀ ਦਿਖਾਣਾ ਪਰ ਕੀ ਲੱਗਦਾ ਕਿ ਆਡੀਅੰਸ ਇਹਨੇ ਜਲਦੀ ਚੀਜ਼ਾਂ ਨੂੰ ਅਸੈਪਟ ਕਰਦੀ ਆ ਜਿਵੇਂ ਹੁਣ ਚੀਜ਼ ਤਾਂ ਆਂਦੀ ਕਿ ਹਾਂ ਨਸ਼ਾ ਬਹੁਤਾ ਪੰਜਾਬ ਦੇ ਵਿੱਚ ਜਦੋਂ ਫਿਲਮਾਂ ਉਦਾਂ ਦੇ ਲੈ ਕੇ ਆਉਣ ਕਿ ਦੇਖੋ ਇਹ ਰਿਐਲਿਟੀ ਆ ਪਰ ਉਥੇ ਇਹ ਚੀਜ਼ਾਂ ਆ ਜਾਂਦੀਆਂ ਕਈ ਵਾਰ ਬਹੁਤ ਜਲਦੀ ਆਪਾਂ ਜਿਵੇਂ ਕਹਿ ਸਕਨੇ ਜਜ ਕਰ ਲਿਆ ਜਾਂਦਾ ਪ੍ਰਮੋਟ ਕੀਤਾ ਜਾ ਰਿਹਾ ਇਹ ਦਿਖਾਇਆ ਕਿਉਂ ਜਾ ਰਿਹਾ ਫਿਰ ਉਹ ਮੈਂ ਕਿ ਆਡੀਅੰਸ ਉਸ ਚੀਜ਼ ਨੂੰ ਈਜ਼ੀਲੀ ਅਸੈਪਟਰੀ ਨੇ ਕਰ ਦਿੱਤੇ ਕਵੈਸ਼ਨ ਵੀ ਉੱਠਦੇ ਨੇ ਕਿ ਦਿਖਾਈਆਂ ਕਿਉਂ ਨਹੀਂ ਜਾਂਦੀਆਂ ਚੀਜ਼ਾਂ ਜੋ ਸੋਸਾਇਟੀ ਵਿੱਚ ਹੋ ਰਿਹਾ ਆ ਦੇਖੋ ਹਮੇਸ਼ਾ ਨਾ ਦੋਨੇ ਚੀਜ਼ਾਂ ਬਰਾਬਰ ਚੱਲਦੀਆਂ ਰ ਤੇ ਚਲਦੀਆਂ ਰਹਿਣਗੀਆਂ ਵੀ ਅ ਬਹੁਤੀ ਵਾਰ ਹੁੰਦਾ ਕਿ ਕਿਹੜੀ ਚੀਜ਼ ਤੁਹਾਡੇ ਤੇ ਭਾਰੂ ਹੋ ਗਈ ਕਈ ਵਾਰ ਜਦ ਮੈਂ ਅੱਛੀ ਕੋਈ ਚੀਜ਼ ਦਿਖਾਉਨੇ ਆਂ ਸੀ ਉਹਦੇ ਤੇ ਜਿਹੜੀ ਬੁਰਾਈ ਭਾਰੂ ਹੋ ਜਾਂਦੀ ਹੈ ਕਈ ਵਾਰ ਅੱਛੀ ਚੀਜ਼ ਭਾਰੂ ਹੋ ਜਾਂਦੀ ਹੈ ਜਿਹੜੀਆਂ ਚੰਗੀਆਂ ਚੀਜ਼ਾਂ ਨਾ ਉਹ ਫੋਰਐਵਰ ਹੁੰਦੀਆਂ ਨੇ ਹਮੇਸ਼ਾ ਲਈ ਹੁੰਦੀਆਂ ਨੇ ਜਿਹੜੀਆਂ ਦੂਜੀਆਂ ਚੀਜ਼ਾਂ ਮੈਂ ਸਮਝਦਾ ਕਿ ਵਕਤ ਦੀ ਚੀਜ਼ਾਂ ਨੇ ਜਿਹੜੀਆਂ ਟਾਈਮ ਪਾਸ ਚੀਜ਼ਾਂ ਨੇ ਉਹ ਬਹੁਤ ਥੋੜੇ ਸਮੇਂ ਲਈ ਹੁੰਦੀਆਂ ਨੇ ਸੋ ਇਹਨਾਂ ਚੀਜ਼ਾਂ ਨੇ ਜਿਹੜੀਆਂ ਥੋੜੀ ਲਾਈਫ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਹਨਾਂ ਨੇ ਲੰਬਾ ਸਮਾਂ ਰਹਿਣਾ ਹੁੰਦਾ ਹੈ ਅਸੀਂ ਉਸ ਫਿਲਮ ਨੂੰ ਸਫਲ ਫਿਲਮ ਮੰਨਦੇ ਆ ਉਸ ਸਿਨੇਮਾ ਨੂੰ ਉਸ ਮੇਕਰ ਨੂੰ ਸਫਲ ਮੰਨਦੇ ਆ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਤੁਰਦਾ ਜਦੋਂ ਲੋਕ ਰੈਲੇਵੈਂਸ ਕਰਦੇ ਨੇ ਕਿ ਅੱਛਾ ਕਹਾਣੀ ਤਾਂ ਯਾਰ ਸਾਡੇ ਘਰ ਦੀ ਹੈ ਆ ਮੇਰੀ ਰਿਸ਼ਤੇਦਾਰਾਂ ਦੀ ਹੈ ਮੇਰੇ ਦੋਸਤਾਂ ਦੀਆਂ ਕਹਾਣੀਆਂ ਸਾਡੇ ਐਂ ਵਾਪਰਿਆ ਸੀ ਰਿਸ਼ਤੇਦਾਰੀ ਸਾਡੇ ਆ ਹੋਇਆ ਸੀ ਮੇਰੇ ਫਰੈਂਡ ਨਾਲ ਆ ਹੋਇਆ ਸੀ ਮੇਰੇ ਚਾਚੇ ਤਾਏ ਨਾਲ ਆ ਹੋਇਆ ਸੀ ਜਿਹੜਾ ਫਿਲਮ ਦਿਖਾਇਆ ਗਿਆ ਸੋ ਉਹ ਕਹਾਣੀਆਂ ਦੀ ਸੰ ਲੋੜਾ ਉਹ ਸਿਨੇਮਾ ਹਮੇਸ਼ਾ ਜਿਉਂਦਾ ਰਹਿੰਦਾ ਹੈ ਇਸ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਲੋਕ ਐਕਸੈਪਟ ਕਰਦੇ ਨੇ ਮੈਂ ਸਮਝਦਾ ਸੋਸਾਇਟੀ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਸੋਸਾਇਟੀ ਵਿੱਚ ਅੱਜ ਵੀ ਉਹ ਲੋਕ ਨੇ ਜਿਹੜੇ ਰਾਮਲੀਲਾ ਦੇਖਣ ਜਾਂਦੇ ਨੇ ਸੋਸਾਇਟੀ ਵਿੱਚ ਉਹ ਲੋਕ ਵੀ ਨੇ ਜਿਹੜੇ ਆਪਣੇ ਗਵਾਂਢੀ ਨੂੰ ਵੀ ਨਹੀਂ ਜਾਣਦੇ ਕਿ ਮੇਰੇ ਗਵਾਂਢ ਚ ਕੌਣ ਰਹਿੰਦਾ ਸੋ ਹਰ ਤਰ੍ਹਾਂ ਦੀ ਦੁਨੀਆ ਹੈ ਪਰ ਮੇਕਰ ਨੇ ਆਪਣਾ ਇੱਕ ਫਰਜ਼ ਅਦਾ ਕਰਨਾ ਹੁੰਦਾ ਆਪਣਾ ਫਰਜ਼ ਨਿਭਾਉਣਾ ਹੁੰਦਾ ਹੈ ਕਿ ਮੇਰਾ ਕੀ ਫਰਜ਼ ਹੈ ਸੋ ਇਹ ਫਰਜ਼ ਨਿਭਾਉਂਦੇ ਨੇ ਉਹਦੇ ਕਈ ਵਾਰ ਬਹੁਤ ਸਾਰੇ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਬਹੁਤ ਸਾਰੇ ਲੋਕਾਂ ਦੀਆਂ ਫਿਲਮਾਂ ਬਹੁਤ ਸਾਰਾ ਪੈਸਾ ਬਹੁਤ ਸਾਰੀ ਮਿਹਨਤ ਅਜਾਈ ਵੀ ਚਲੀ ਜਾਂਦੀ ਹੈ ਪਰ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਇਸ ਕੰਮ ਲਈ ਬਣੇ ਆਂ ਸਾਡਾ ਇਹ ਕੰਮ ਕਰਨਾ ਫਰਜ਼ ਹੈ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਸੋ ਪੋਸਤ ਦੀ ਜਿਹਫਿਰ ਨਹੀਂ ਆਪਾਂ ਬੁਕਾਇਦਾ ਗੱਲ ਕਰੀਏ ਇੱਕ ਇੰਟਰਟੇਨਮੈਂਟ ਫਿਲਮ ਹੈ ਜਿਹੜੀ ਥੋੜਾ ਮਾਝਨੇ ਵੀ ਕਰਦੀ ਹੈ ਇਹ ਉਹੋ ਜਿਹੇ ਲੋਕਾਂ ਦੀਆਂ ਕਹਾਣੀਆਂ ਜਿਹਨੂੰ ਅਸੀਂ ਸਮਾਜ ਦੇ ਵਿੱਚੋਂ ਉਹੀ ਕਹਦੇ ਨੇ ਵੀ ਚਲੋ ਇਹਨਾਂ ਦਾ ਕੀ ਹੈ ਇਹ ਤਾਂ ਐਵੇਂ ਤੁਰੇ ਫਿਰਦੇ ਨੇ ਮਤਲਬ ਜਿਹਨੂੰ ਸਮਾਜ ਉਹੀ ਗਿਣਦਾ ਹੈ ਜਿਨ੍ਹਾਂ ਨੂੰ ਸਮਾਜ ਕੋਈ ਵੈਲਿਊ ਨਹੀਂ ਦਿੰਦਾ ਵੀ ਐਵੇਂ ਲੋਕ ਨੇ ਇਹ ਸਮਾਜ ਜਿਨ੍ਹਾਂ ਲੋਕਾਂ ਨੂੰ ਖਾਸ ਵੈਲੀ ਦਿੰਦਾ ਇਹ ਤਾਂ ਬੰਦਾ ਬਹੁਤ ਵੱਡਾ ਹੈ ਇਹਦੀ ਕੋਈ ਵੱਡੀ ਗੱਡੀ ਹੈ ਬਹੁਤ ਵੱਡਾ ਬੰਦਾ ਹੈ ਉਹ ਦਿਖਾਇਆ ਕਿ ਉਹ ਅੰਦਰੋਂ ਉਹ ਲੋਕ ਹੀ ਨੇ ਤੇ ਜਿਹਨੂੰ ਅਸੀਂ ਉਹੀ ਸਮਝਦੇ ਨੇ ਉਹ ਲੋਕ ਹੀ ਹੁੰਦੇ ਨੇ ਸੋ ਇਹੋ ਜਿਹੀ ਲੋਕਾਂ ਦੀ ਕਹਾਣੀ ਹੈ ਮੇਰਾ ਮਤਲਬ ਆਮ ਜਮ ਜਿੰਦਗੀ ਦੀ ਕਹਾਣੀ ਹੈ ਆਮ ਲੋਕਾਂ ਦੀ ਕਹਾਣੀ ਹੈ ਆਮ ਨੌਜਵਾਨਾਂ ਦੀ ਕਹਾਣੀ ਹੈ ਜਿਹੜੀ ਇੰਟਰਟੇਨ ਵੀ ਕਰੂਗੀ ਤੇ ਉਹਦੇ ਨਾਲ ਨਾਲ ਸਾਨੂੰ ਸੋਚਣ ਲਈ ਮਜਬੂਰ ਵੀ ਕਰਦੀ ਹੈ ਕਿ ਅਸਾਸੀ ਕਿਹੜੇ ਪਾਸੇ ਤੁਰੇ ਹਨ ਸੋ ਐਸੀ ਫਿਲਮ ਹੈ ਕਿ ਜਿਹਦਾ ਚੰਗਾ ਮਿਊਜ਼ਿਕ ਹੈ ਫਿਲਮ ਦਾ ਚੰਗਾ ਇੰਟਰਟੇਨ ਹੈ ਬਕਾਇਦਾ ਫਿਲਮ ਦੇ ਵਿੱਚ ਸਾਰੇ ਲੋਕਾਂ ਨੇ ਬਹੁਤ ਛੱਕ ਕੰਮ ਕੀਤਾ ਸੋ ਇਸ ਤਰ੍ਹਾਂ ਦੀ ਬੱਬਲ ਰਾਏ ਉਹਨਾਂ ਨੇ ਬਹੁਤ اچھا ਕੰਮ ਕੀਤਾ ਫਿਲਮ ਦੇ ਵਿੱਚ ਸੁਰੀਲੀ ਗੌਤਮ ਉਹਨਾਂ ਨੇ ਬਹੁਤ اچھا ਕੰਮ ਕੀਤਾ ਰਣਨੰਬੀਰ ਹਮੇਸ਼ਾ ਚੰਗੀਆਂ ਫਿਲਮਾਂ ਲਿਖਦਾ ਹੈ ਤੇ ਉਹਨਾਂ ਨੇ ਆਪ ਨਿਰਦੇਸ਼ਕ ਵੀ ਕੀਤੀ ਹੈ ਸੋ ਉਹਨਾਂ ਤੇ ਦੋ ਦੋ ਜ਼ਿੰਮੇਵਾਰੀਆਂ ਸਨ ਆਪ ਰੋਲ ਵੀ ਕੀਤਾ ਵਿੱਚ ਇੱਕ ਸੋ ਇੱਕ ਹੋਰ ਮੈਂ ਚੰਗੀ ਗੱਲ ਸਮਝਦਾ ਕਿ ਅੰਬਲ ਮੋਸ਼ਨ ਇਸ ਫਿਲਮ ਦੇ ਰਾਹੀਂ ਬਹੁਤ ਸਾਰੇ ਨਵੇਂ ਲੋਕਾਂ ਨੂੰ ਵੀ ਕੰਮ ਦਿੰਦਾ ਹੈ ਬਹੁਤ ਲੋਕਾਂ ਨੂੰ ਚਾਂਸ ਦਿੰਦਾ ਹੈ ਕਿਉਂਕਿ ਦੇਖੋ ਅਸੀਂ ਵੀ ਕਿਸੇ ਟਾਈਮ ਨਵੇਂ ਆਏ ਸੀ ਸਭ ਤੋਂ ਪਹਿਲਾਂ ਲੋਕ ਇਹ ਬਿਊਰੋਗਨੀ ਸਾਡੇ ਸੀਨੀਅਰ ਨੇ ਉਹ ਵੀ ਕਿਸੇ ਟਾਈਮ ਨਵੇਂ ਆਏ ਸੀ ਸੋ ਹਰ ਫਰੰਡ ਦੇ ਵਿੱਚ ਨਵੇਂ ਲੋਕਾਂ ਨੂੰ ਵੀ ਕੰਮ ਮਿਲਦੇ ਰਹਿਣਾ ਚਾਹੀਦਾ ਤਾਂ ਕਿ ਸਾਡੇ ਕੋਲ ਅਗਲੀ ਜਨਰੇਸ਼ਨ ਤਿਆਰ ਹੁੰਦੀ ਰਹੇ ਸੋ ਅਮਲਕੇਸਰ ਗਾ ਟ੍ਰੇਲਰ ਦੀ ਗੱਲ ਕਰੀਏ ਤਾਂ ਹੈ ਨਾ ਜਦੋਂ ਪਹਿਲਾਂ ਪ੍ਰੈਸ ਕਾਨਫਰੰਸ ਹੋਈ ਸੀ ਤਾਂ ਮੈਂ ਗਿੱਪੀ ਸਰ ਦੇ ਇੰਟਰਵਿਊ ਦੇਖ ਰਹੀ ਸੀ ਕਿ ਇਹ ਚੀਜ਼ ਕਹਿ ਰਹੇ ਸੀ ਕਿ ਬੜੇ ਧਿਆਨ ਦੇ ਨਾਲ ਟ੍ਰੇਲਰ ਕੱਟਣਾ ਪਿਆ ਕਿ ਕਿਤੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਹਨਾਂ ਨੂੰ ਬੈਨ ਕਰ ਦਿੱਤਾ ਜਾਏ ਜਾਂ ਤੇ ਸਵਾਲ ਨਾ ਖੜੇ ਕਰ ਦਿੱਤੇ ਜਾਣ ਕਿ ਤੁਸੀਂ ਫਿਲਮ ਵਿੱਚ ਕੀ ਚੀਜ਼ਾਂ ਦਿਖਾ ਰਹੇ ਹੋ ਸੋ ਇੱਕ ਫਿਲਮ ਦਾ ਟ੍ਰੇਲਰ ਕੱਟਣਾ ਓਵਰঅল ਫਿਲਮ ਦਾ ਕਨਸੈਪਟ ਵੀ ਥੋੜਾ ਜਿਹਾ ਰਿਵੀਲ ਕਰਨਾ ਕਿ ਕਿਵੇਂ ਦਾ ਕਨਸੈਪਟ ਆ ਕਿਵੇਂ ਦੀ ਫਿਲਮ ਤੁਹਾਡੇ ਲਈ ਲੈ ਕੇ ਆ ਰਹੇ ਕਿੰਨਾ ਕਟਾਫ ਹੁੰਦਾ ਹੈ ਕਿ ਟ੍ਰੇਲਰ ਦੇ ਉੱਪਰ ਵਰਕ ਕਰਨਾ ਦੇਖੋ ਟਾ ਤੁਹਾਨੂੰ ਇਹ ਵੀ ਦਿਖਾਉਣਾ ਹੁੰਦਾ ਹੈ ਕਿ ਸਾਡੀ ਫਿਲਮ ਕੀ ਕਹਿਣ ਜਾ ਰਹੀ ਹੈ ਤੁਸੀਂ ਇਹ ਵੀ ਲਿਖੋ ਕੇ ਰੱਖਣਾ ਹੁੰਦਾ ਹੈ ਕਿ ਸਾਡੀ ਸਾਰੀ ਫਿਲਮ ਦਾ ਮੁੱਦੇ ਨੇ ਪਤਾ ਚੱਲ ਗਏ ਲੱਗ ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਆਹ ਗੱਲ ਹੈ ਜੀ ਸੋ ਇਸ ਕਰਕੇ ਔਖਾ ਲੱਗਦਾ ਹੁੰਦਾ ਹੈ ਖਾਸ ਕਰਕੇ ਉਦੋਂ ਦੀ ਗੱਲ ਹੈ ਕਿ ਉਦੋਂ ਨਾਲ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ ਜੀ ਉਦੋਂ ਸਰਕਾਰ ਨਹੀਂ ਸੀ ਬੜੀ ਇਲੈਕਸ਼ਨ ਹੀ ਸੀ ਹੋਈ ਸੋ ਫਿਲਮ ਦੇ ਵਿੱਚ ਇਲੈਕਸ਼ਨ ਮੁੱਦਾ ਵੀ ਹੈ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਕਿਵੇਂ ਕੰਮ ਕਰਦੀਆਂ ਨੇ ਲੋਕ ਖਾਸ ਕਰਕੇ ਜਦੋਂ ਇਲੈਕਸ਼ਨ ਕੋਈ ਵੀ ਹੁੰਦੀ ਹੈ ਲੋਕ ਉਸ ਟਾਈਮ ਕੀ ਸੋਚਦੇ ਨੇ ਸਾਰੇ ਬੰਦੇ ਨਾਲ ਸਿਆਪੋਤਾ ਵੀ ਪੈ ਜਾਂਦੀ ਹੈ ਕਿਸੇ ਨੂੰ ਕੁਛ ਚਾਹੀਦਾ ਹੁੰਦਾ ਲੋਕਾਂ ਨੂੰ ਲੱਗਦਾ ਕਿ ਇਹ ਚਾਰ ਦਿਨ ਹੈ ਇਹ ਮਹੀਨਾ ਦੋ ਮਹੀਨੇ ਜੋ ਮੰਗ ਸਕਦੇ ਜੋ ਲੈ ਸਕਦੇ ਲੈ ਲਓ ਸੋ ਇਹ ਜਿਹੜੀ ਬਿਰਤੀ ਹੈ ਨਾ ਕਿ ਇਹ ਦੋ ਮਹੀਨੇ ਲੈ ਲਓ ਉਹ ਤੋਂ ਬਾਅਦ 5 ਸਾਲ ਕਿਸੇ ਦੇ ਨਾਂ ਕਰ ਦੋ ਇਹ ਵੀ ਖਤਰਨਾਕ ਬਿਰਤੀ ਹੈ ਇੱਕ ਸੋ ਇਹ ਜੀ ਪ੍ਰਵਿਰਤੀ ਵੀ ਫਿਲਮ ਦੇ ਵਿੱਚ ਆਉਂਦੀ ਹੈ ਸੋ ਉਹ ਇਸ ਕਰਕੇ ਪ੍ਰਿੰਮ ਦਾ ਟ੍ਰੇਲਰ ਕੱਟਣਾ ਔਖਾ ਲੱਗਦਾ ਸੀ ਕਿ ਅਸੀਂ ਕੀ ਚੀਜ਼ਾਂ ਲੁਕੋਈਏ ਕੀ ਦਿਖਾਈਏ ਕਿਉਂਕਿ ਫਿਲਮ ਸਾਰੀ ਉਹ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਲੱਗਦਾ ਸੀ ਕਿ ਬਚਾਪ ਬਚਾ ਕਟਿਆ ਵੀ ਲੋਕਾਂ ਨੂੰ ਪਤਾ ਵੀ ਨਹੀਂ ਲੱਗੇ ਜਾਂ ਕੋਈ ਪਹਿਲਾਂ ਹੀ ਅਜਿਹੀ ਕੰਟਰੋਵਰਸੀ ਨਾ ਖੜੀ ਲੋਕਾਂ ਲੱਗੇ ਤਾਂ ਕਿਸੇ ਰਾਜਨੀਤਿਕ ਲੋਏ ਲਗੇ ਕਿ ਤਾਂ ਸਾਡੇ ਤੇ ਫਿਲਮ ਬਣੀ ਹੈ ਇਹ ਵੀ ਦਿੱਕਤ ਹੋ ਸਕਦੀ ਸੋ ਇਸ ਇਸ ਤਰ੍ਹਾਂ ਦੀ ਫਿਲਮ ਹੈ ਜੀ ਹਮੇਸ਼ਾ ਗੱਲ ਆਉਂਦੀ ਕਿ मीनिंगफुल ਸਿਨੇਮਾ ਦਾ ਅਸੀਂ ਫਿਰ ਹੋਣੇ ਚੀਜ਼ ਕਹਿ ਸਕਦੇ ਕਿ ਹਾਂ ਸਾਡੇ ਸਿਨੇਮਾ ਦੇ ਵਿੱਚ ਜਿਵੇਂ ਦੇ ਕਨਸੈਪਟ ਆ ਰਹੇ ਨੇ ਜਿਵੇਂ ਜਾਂ ਫਿਲਮਾਂ ਆ ਰਹੀਆਂ ਨੇ ਇੱਕ ਅਲੱਗ ਗਰੋਥ ਦੀ ਤਾਂ ਹਮੇਸ਼ਾ ਅਸੀਂ ਗੱਲ ਕਰਦੇ ਆਂ ਪਰ ਇਦਾਂ ਦੇ ਕਨਸੈਪਟ ਨੂੰ ਲੈ ਕੇ ਆਣਾ ਕਿਉਂਕਿ ਕਿਤੇ ਨ ਕਿਤੇ ਇਹ ਚੀਜ਼ਾਂ ਦੇ ਸੱਚ ਕਾਮੇਡੀ ਕਾਮੇਡੀ ਬਹੁਤ ਹੋ ਰਿਹਾ ਕੁਛ ਇਦਾਂ ਦਾ ਵੀ ਲਿਆਓ ਕਿ ਲੋਕੀ ਜਾਗਰੂਕ ਹੋਣ ਲੋਕਾਂ ਨੂੰ ਪਤਾ ਲੱਗੇ ਹੁਣ ਜਿਵੇਂ ਪੋਸਟ ਦੀ ਫਿਲਮ ਆ ਰਹੀ ਆ ਜਿਵੇਂ ਤੁਸੀਂ ਇਹ ਚੀਜ਼ ਕਰਕੇ ਬਹੁਤ ਸਾਰੇ ਇੱਕਾ ਰਾਂਦੀ ਕਹਾਣੀਆਂ ਬੇਸ਼ੱਕ ਕੁਝ ਲੋਕੀ ਕਹਿਣਗੇ ਨਹੀਂ ਸਾਡੇ ਵਾਲੇ ਦੁਆਲੇ ਚੀਜ਼ਾਂ ਨਹੀਂ ਆ ਪਰ ਜਿਨ੍ਹਾਂ ਦੇ ਨਾਲ ਵਾਪਰਦੀਆਂ ਉਹਨਾਂ ਨੂੰ ਪਤਾ ਕਿ ਹਾਂ ਇਹ ਚੀਜ਼ਾਂ ਰਿਐਲਿਟੀ ਹੈ ਸੋ ਇਸ ਨੂੰ ਮਲਕੀ ਮਲਕੀ ਕਿਵੇਂ ਦੇਖਦੇ ਹੋ ਕਿ ਜਿਵੇਂ ਹੁਣ ਮੀਨਿੰਗਫੁਲ ਸਿਨੇਮਾ ਆ ਰਿਹਾ ਮੀਨਿੰਗਫੁਲ ਫਿਲਮਾਂ ਆ ਰਹੀਆਂ ਜਿਨ੍ਹਾਂ ਦੇ ਵਿੱਚ ਐਂਟਰਟੇਨਮੈਂਟ ਵੀ ਆ ਨਾਲ ਦੇਖੋ ਮੈਨੂੰ ਲੱਗਦਾ ਹੈ ਕਿ ਸਭ ਤੋਂ ਅੱਛੀ ਗੱਲ ਹੁਣ ਹੋ ਰਹੀ ਹੈ ਨਾ ਸਾਡੇ ਕੋਲ ਕੰਟੈਂਟ بیس ਨੇ ਮਾਰਿਆ ਇੱਕ ਟਾਈਮ ਸੀ ਜਦੋਂ ਅਸੀਂ ਫਿਲਮਾਂ ਬਣਾਉਂਦੇ ਸੀ ਉਹਨਾਂ ਫਿਲਮਾਂ ਦੇ ਵਿੱਚ ਸਾਡੇ ਕੋਲ ਮਸਾਲਾ ਫਿਲਮ ਬਣਦੀ ਸੀ ਵੀ ਹੀਰੋ ਹੀਰੋਇਨ ਨੇ ਪੰਜ ਚਾਰ ਗੀਤ ਗਾਏ ਕਮੇਡੀਅਨ ਨੇ ਪੰਜ ਸੱਤ ਗੀਤ ਕਮੇਡੀ ਕੀਤੀ ਬਿਲਨ ਦੇ ਨਾਲ ਫਾਈਟ ਹੋਈ ਵਿਚੇ ਫਾਈਟ ਵੀ ਹੋ ਗਈ ਉਹ ਅਸੀਂ ਇੱਕ ਮਸਾਲਾ ਫਾਰਮੂਲਾ ਫਿਲਮ ਸੀ ਕਿ ਕੋਈ ਫਾਰਮੂਲਾ ਐਕਸ਼ਨ ਦੇ ਵਿੱਚ ਥੋੜੀ ਕਮੇਡੀ ਪਾ ਦੋ ਥੋੜਾ ਰੋਮਾਂਸ ਪਾ ਦੋ ਥੋੜਾ ਐਕਸ਼ਨ ਪਾ ਦੋ ਤੇ ਅਖੀਰ ਦੇ ਵਿੱਚ ਸਾਰਾ ਫਿਰ ਹੈਪੀ ਐਂਡਿੰਗ ਹੋ ਗਿਆ ਤੇ ਫਿਲਮ ਖਤਮ ਹੋ ਗਈ ਪਰ ਹੁਣ ਮੋਡਾ ਬੇਸਡ ਫਿਲਮਾਂ ਨੇ ਜਿਹਨੂੰ ਕੰਟੈਂਟ ਬੇਸਡ ਫਿਲਮਾਂ ਕਹਿੰਦੇ ਆ ਸੋ ਬਹੁਤੀ ਵਾਰ ਹੁਣ ਇਹ ਵੀ ਚੇਂਜ ਹੋਇਆ ਹੈ ਕਿ ਤੁਹਾਨੂੰ ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਬਹੁਤ ਵੱਡੇ ਸਟਾਰ ਨੂੰ ਤੁਸੀਂ ਲੈ ਲੈਨੇ ਨਾ ਸਟਾਰ ਦਾ ਕੰਮ ਸਿਰਫ ਲੋਕਾਂ ਨੂੰ ਸਿਨੇਮੇ ਤੱਕ ਲੈ ਕੇ ਆਉਣਾ ਹੈ ਕਈ ਵਾਰ ਟ੍ਰੇਲਰ ਦੇਖ ਕੇ ਲੋਕ ਕਹਿੰਦੇ ਨੇ ਕਿ ਆਹ ਫਿਲਮ ਹੈ ਔਰ ਉਹ ਇਹਨੇ ਕਿਹੜੇ ਸਟਾਰ ਦੀ ਫਿਲਮ ਹੈ ਹੁਣ ਉਹ ਇਹ ਲੱਗਦਾ ਕਿ ਇਸ ਦਾ ਕੰਟੈਂਟ ਬਹੁਤ ਕਮਾਲ ਦਾ ਹੈ ਐਸ ਵਿਸ਼ੇ ਤੇ ਗੱਲ ਸਾਡੇ ਸਿਨੇਮੇ ਵਿੱਚ ਕਦੇ ਹੋਈ ਨਹੀਂ ਹੁਣ ਫੋਰ ਐਗਜ਼ਾਮਪਲ ਜਦ ਸੂਬੇਦਾਰ ਜਗENDER ਸਿੰਘ ਫਿਲਮ ਸਾਡੀ ਇੱਕ ਆਈ ਸੀ ਸਿਨੇਮਾ ਵਿੱਚ ਮਲ ਪਹਿਲੀ ਫਿਲਮ ਸੀ ਜਿਹਨੇ ਇਹ ਦੱਸਿਆ ਸਾਨੂੰ ਆ ਕੇ ਕਿ ਪਹਿਲਾ ਪਰਮਵੀਰ ਚੱਕਰ ਕਿਹੜੇ ਬੰਦੇ ਨੂੰ ਮਿਲਿਆ ਤੇ ਕਿਉਂ ਮਿਲਿਆ ਇਸੇ ਤਰ੍ਹਾਂ ਸਾਡੇ ਕੋਲ ਰੱਬ ਦਾ ਰੀਡਰ ਵਰਗੀ ਫਿਲਮ ਆਉਂਦੀ ਹੈ ਲੋਕ ਕਹਿੰਦੇ ਕਿ ਊਮਨ ओरिएंटਲ ਫਿਲਮਾਂ ਨਹੀਂ ਚਲਦੀਆਂ ਉਹ ਫਿਲਮ ਨਾਨਦ ਪਰਜਾਈ ਦੇ ਰਿਸ਼ਤੇ ਤੇ ਬਣੀ ਸੀ ਕਮਾਲ ਦੀ ਫਿਲਮ ਸੀ ਉਹ ਕਲਾਸਿਕਸ ਨੇਮ ਦੀ ਫਿਲਮ ਹੈ ਸਾਹਮਨਾ ਸੋ ਇਸੇ ਤਰ੍ਹਾਂ ਸਾਡੇ ਕੋਲ ਅਰਦਾਸ ਵਰਗੀ ਫਿਲਮ ਆਈ ਉਹਦੇ ਵਿੱਚ ਸਾਰੇ ਜਿਹੜੇ ਮੁੱਦੇ ਸੀ ਉਹ ਮੁੱਦਾ ਬੇਸ ਫਿਲਮ ਸੀ ਸਾਰੇ ਇਸ਼ੂ ਠਾਏ ਗਏ ਸੀ ਚਾਹੇ ਉਹ ਕਿਸਾਨਿਆਂ ਦੀ ਆਤਮ ਹੱਤਿਆ ਦਾ ਮੁੱਦਾ ਸੀ ਚਾਹੇ ਨਸ਼ਿਆਂ ਦਾ ਮੁੱਦਾ ਸੀ ਸੂ ਲਗ ਲਗ ਤਰ੍ਹਾਂ ਦੀ ਇਸ਼ੂਸ ਨੇ ਲੈ ਕੇ ਫਿਲਮ ਬਣੀ ਉਹ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤੀ ਉਦੋਂ ਸ਼ਾਇਦ ਜਦੋਂ ਫਿਲਮ ਰਾਣਾ ਨਬੀਰ ਉਹਨਾਂ ਨੇ ਲਿਖੀ ਸੀ ਜੀਪੀ ਗਰੀਬਾਹ ਨੇ ਲਿਖਾਈ ਫਿਲਮਾਂ ਤੋਂ ਇਹ ਪਹਿਲੀ ਫਿਲਮ ਨਿਰਦੇਸ਼ ਕੀਤੀ ਸੀ ਉਹਨੂੰ ਲੱਗਦਾ ਹੋਊਗਾ ਇਹਨਾਂ ਨੂੰ 2016 'ਚ ਫਿਲਮ ਆਈ ਸੀ ਨਹੀਂ ਯਾਰ ਤੁਸੀਂ ਕੀ ਗੱਲ ਕਰਦੇ ਹੋ ਇਹ ਫਿਲਮ ਕੌਣ ਦੇਖੂਗਾ ਜੀ ਬਿਲਕੁਲ ਦਰ ਦਰ ਹੁੰਦਾ ਅੰਦਰ ਪਰ ਜਦੋਂ ਫਿਲਮ ਆਈ ਹਾਲਾਂਕਿ ਉਦੋਂ ਦੋ ਫਿਲਮਾਂ ਕੱਟੀਆਂ ਰਿਲੀਜ਼ ਹੋਈਆਂ ਸੀ ਅ ਜਿਹੜੀ ਇੱਕ ਮਹਿੰਦਰ ਗੱਲ ਉਹਨਾਂ ਦੀ ਫਿਲਮ ਸੀ ਉਹ ਦੋਨੇ ਫਿਲਮਾਂ ਲੋਕਾਂ ਨੇ ਵੱਡਾ ਹੰਗਾਰਾ ਦਿੱਤਾ ਉਹ ਇਹ ਗੱਲ ਦੱਸਦਾ ਹੈ ਸਮਾਂ ਕਿ ਜੇ ਤੁਹਾਡਾ ਕੋਈ ਕੰਟੈਂਟ ਚੰਗਾ ਤੁਹਾਡੀ ਗੱਲ ਕਹਿਣ ਨੂੰ ਕੁਝ ਹੈਗਾ ਨਾ ਚੰਗੀ ਗੱਲ ਹੈਗੀ ਹੈ ਤਾਂ ਲੋਕ ਪਿਆਰ ਕਰਦੇ ਨੇ ਲੋਕ ਪਿਆਰ ਲੋਕ ਤਾਂ ਬਾਹਾਂ ਉਲਾਰ ਕੇ ਖੜੇ ਨੇ ਕਿ ਲਿਆਓ ਕੁਝ ਚੰਗੀ ਚੀਜ਼ ਲੈ ਕੇ ਆਓ ਸੋ ਇਸ ਕਰਕੇ ਹਮੇਸ਼ਾ ਚੰਗੀਆਂ ਚੀਜ਼ਾਂ ਨੂੰ ਲੋਕਾਂ ਨੇ ਪਸੰਦ ਵੀ ਕੀਤਾ ਹੈ ਜੀ ਗੱਲ ਨੇ ਕੋਈ ਸਮਾਂ ਇਹੋ ਜਿਹਾ ਹੁੰਦਾ ਮੈਂ ਨਹੀਂ ਕਹਿੰਦਾ ਮੈਂ ਹਰਜੀਤਾ ਵਰਗੀ ਇੱਕ ਫਿਲਮ ਆਈ ਚੰਗੀ ਫਿਲਮ ਸੀ ਸਾਡੇ ਕੋਲੇ ਬਹੁਤੇ ਲੋਕਾਂ ਨੇ ਨਹੀਂ ਦੇਖੀ ਨੈਸ਼ਨਵਾਲ ਬਾਚ ਮਿਲਿਆ ਕਈ ਵਾਰ ਸਮਾਂ ਨਹੀਂ ਠੀਕ ਹੁੰਦਾ ਕਈ ਵਾਰ ਬਹੁਤ ਕੁਝ ਹੋਰ ਆਲੇ-ਦਲੇ ਹੋਰ ਤਰ੍ਹਾਂ ਫਿਰਦਾ ਹੁੰਦਾ ਹੈ ਜਿਹੜੇ ਲੋਕਾਂ ਨੂੰ ਥੋੜੇ ਚਿਰ ਲੁਭਾ ਲੈਂਦਾ ਚੰਗੀ ਫਿਲਮ ਕਈ ਵਾਰ ਰਹਿ ਜਾਂਦੀ ਹੈ ਮੈਂ ਮੰਨਦਾ ਇਸ ਗੱਲ 'ਚ ਕੋਈ ਦੋਰਾਮਾ ਨਹੀਂ ਹੈਗਾ ਪਰ ਅਕਸਰ ਲੋਕ ਮੈਂ ਦੇਖਿਆ ਕਿ ਅਸੀਂ ਉਂਗਲਾਂ ਤੇ ਗਿਣ ਸਕਦੇ ਜਿਹੜੀਆਂ ਚੰਗੀਆਂ ਫਿਲਮਾਂ ਉਹਨਾਂ ਦੇ ਨਾਮ ਉਂਗਲਾਂ ਤੇ ਗਿਣ ਸਕਦੇ ਆ ਉਹ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਲੋਕਾਂ ਨੇ ਦੇਖਿਆ ਉਹਨਾਂ ਨੂੰ ਸੋ ਅੱਥੇ ਮੈਂ ਮਲਕੀਤ ਸਰ ਗੱਲ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਰੀਸਨਲੀ ਜੋ ਪੰਜਾਬੀ ਇੰਡਸਟਰੀ ਨੇ ਬੜਾ ਵੱਡਾ ਝਟਕਾ ਲੱਗਾ ਆ ਬਹੁਤ ਵੱਡਾ ਜਿਹੜਾ ਅਸੀਂ ਸ਼ਬਦਾਂ ਦੇ ਵਿੱਚ ਵੀ ਸ਼ਾਇਦ ਉਸ ਚੀਜ਼ ਦੇ ਬਾਰੇ ਉਹਨਾਂ ਜ਼ਿਕਰ ਨਹੀਂ ਕਰ ਸਕਦੇ ਬਿਆਨ ਨਹੀਂ ਕਰ ਸਕਦੇ ਕਿਉਂਕਿ ਨਾ ਸਿਰਫ ਆਪਣੇ ਦੇਸ਼ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਗੱਲ ਕਰੀਏ ਤਾਂ ਹਰ ਇੱਕ ਦੀਆਂ ਅੱਖਾਂ ਨਾਮ ਪਈਆਂ ਨੇ ਇਸ ਟਾਈਮ ਤੇ ਕੰਮ ਕਰਨਾ ਹਰ ਇੱਕ ਦੇ ਲਈ ਔਖਾ ਹੋ ਰਿਹਾ ਆ ਤੁਸੀਂ ਕੁਝ ਕਹਿਣਾ ਚਾਹੋ ਕਿਉਂਕਿ ਤੁਸੀਂ ਇੱਕ ਪੋਸਟ ਪਾਈ ਸੀ ਕਿ ਕਿੰਨਾ ਕਿਤੇ ਜੋ ਦੇਖਣਾ ਕਿ ਮਸ਼ਹੂਰ ਹੋਣਾ ਹੀ ਤੇਰੇ ਲਈ ਗੁਨਾਹ ਹੋ ਗਿਆ ਬਿਲਕੁਲ ਜਦੋਂ ਮੈਨੂੰ ਪਤਾ ਲੱਗਿਆ ਕਿਉਂਕਿ ਬੀਨੂ ਢਿਲਵਾਹ ਦੇ ਫਾਦਰ ਸਾਹਿਬ ਦੇ ਭੋਗ ਤੋਂ ਅਸੀਂ ਵਾਪਸ ਆ ਰਹੇ ਸੀ ਅਜੇ ਘਰ ਵੀ ਨਹੀਂ ਸੀ ਪਹੁੰਚੇ ਰਾਤੇ ਸੀ ਉਹ ਖਬਰ ਮਿਲ ਗਈ ਤਾਂ ਅਸੀਂ ਉਹਨਾਂ ਪੈਰੀ ਵਾਪਸ ਮੁੜ ਗਏ ਤਾਂ ਮੈਨੂੰ ਉਦੋਂ ਇੱਕ ਪੋਸਟ ਮੇਰੇ ਧਿਆਨ 'ਚ ਗੱਲ ਆਈ ਕਿ ਤੇਰਾ ਮਸ਼ਹੂਰ ਹੋਣਾ ਤੇਰਾ ਗੁਨਾਹ ਹੋ ਗਿਆ ਅਸਲ ਗੱਲ ਇਹ ਹੈ ਕਿ ਸਾਡੇ ਹਾਲੇ ਵੀ ਲੋਕਾਂ ਨੂੰ ਬਹੁਤ ਸਾਰੇ ਨੂੰ ਇਹ ਨਹੀਂ ਪਤਾ ਕਿ ਸਿੱਧੂ ਮੂਸੇਵਾਲਾ ਕੀ ਚੀਜ਼ ਸੀ ਉਹ ਬਹੁਤ ਵੱਡਾ ਬੰਦਾ ਸੀ ਸਤਿ ਸ੍ਰੀ ਅਕਾਲ ਤੁਸੀਂ ਮੂਸਿਕ ਫਰਮ ਦੇ ਨਾਲ ਮੈਨੂੰ ਫਿਲਮ ਕਰਨ ਦਾ ਮੌਕਾ ਮਿਲਿਆ ਜੈਸਾ ਹੀ ਮ स्टूडेंट ਤਰਨਜੋਗ ਪਾਲ ਹੋਰਨ ਰੈਡ ਕੀਤੀ ਫਿਲਮ ਸੋ ਮੈਨੂੰ 35 ਦਿਨ ਉਹਨਾਂ ਦੇ ਨਾਲ ਬਾਹਰ ਰਹਿਣ ਦਾ ਮੌਕਾ ਮਿਲਿਆ ਫਿਰ ਇੱਥੇ ਪਿੰਡ ਉਹਨਾਂ ਦੇ ਘਰੇ ਸ਼ੂਟ ਕੀਤਾ ਪੰਜ-ਛੇ ਦਿਨ ਇੱਥੇ ਅਸੀਂ ਇਕੱਠੇ ਰਹਿਣ ਦਾ ਮੌਕਾ ਮਿਲਿਆ ਤਾਂ ਇੰਨੇ ਦਿਨਾਂ ਦੇ ਵਿੱਚ ਕਿਸੇ ਨਾਲ ਵਿਚਰਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਬੰਦਾ ਕਿਹੋ ਜਿਹਾ ਇਨਸਾਨ ਹੈ ਸੋ ਉਹ ਬੜਾ ਬੇਬਾਕ ਕਿਸਮ ਦਾ ਇਨਸਾਨ ਸੀ ਜਿਹੜਾ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਉ ਕੇ ਗਿਆ ਉਹ ਉਹਨੂੰ ਸਮਝੌਤਿਆਂ ਨਾਲ ਜ਼ਿੰਦਗੀ ਪਸੰਦ ਨਹੀਂ ਸੀ ਮੈਂ ਸਮਝਦਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਕਲਾਕਾਰ ਸਾਡੇ ਸਮਾਜ ਦਾ ਕੁਝ ਚਿਹਰਾ ਬਹੁਤ ਕਰਤੀ ਲੋਕ ਠੀਕ ਨੇ ਕੁਝ ਚਿਹਰਾ ਇੰਨਾ ਕ੍ਰੂਪ ਹੋ ਗਿਆ ਹੈ ਕਿ ਜਦੋਂ ਕਲਾਕਾਰ ਉਹਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਕ੍ਰੂਪ ਚਿਹਰਾ ਦੇਖਣਾ ਨਹੀਂ ਚਾਹੁੰਦੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ੀਸ਼ੇ ਤੋੜਨ ਨਾਲ ਚਿਹਰੇ ਨਹੀਂ ਬਦਲਣ ਲੱਗੇ ਜਿਹੜੇ ਕ੍ਰੂਪ ਚਿਹਰੇ ਉਹਨਾਂ ਨੇ ਕ੍ਰੂਪ ਰਹਿਣਾ ਉਹ ਤੁਹਾਡੀ ਕ੍ਰੂਪਤਾ ਤੁਹਾਨੂੰ ਨਜ਼ਰ ਆਊਗੀ ਕਿ ਦਿਨ ਇਸ ਸ਼ੀਸ਼ੇ ਤੋੜ ਕੇ ਤੁਸੀਂ ਆਪਣੇ ਕ੍ਰੂਪਤਾ ਨੂੰ ਛੁਪਾ ਨਹੀਂ ਸਕਦੇ ਜਿੱਡਾ ਵੱਡਾ ਘਾਟਾ ਉਹਦੇ ਪੇਰੈਂਟਸ ਨੂੰ ਪਿਆ ਹੈ ਸਾਡੇ ਸਾਰੇ ਪੰਜਾਬ ਨੂੰ ਪਿਆ ਹੈ ਉਹਦੇ ਚਾਹਣ ਵਾਲਿਆਂ ਨੂੰ ਪਿਆ ਹੈ ਇਹ ਤੋਂ ਵੱਡਾ ਕੱਟ ਹੋ ਨਹੀਂ ਸਕਦਾ ਪਰ ਅਗਲੀ ਨਾਲ ਦੀ ਨਾਲ ਗੱਲ ਇਹ ਹੈ ਜੇ ਅਸੀਂ ਸਿੱਧੂ ਮੂਸੇਵਾਲੇ ਦੀ ਲਾਈਫ ਸਟਾਈਲ ਦੀ ਗੱਲ ਕਰਦੇ ਆ ਕੋਈ ਬੰਦਾ ਕੋਈ ਰੂਪ ਚਿਹਰਾ ਸਾਡੇ ਸਮਾਜ ਦਾ ਸਿੱਧੂ ਨੂੰ ਸੀਰਕ ਤੌਰ ਤੇ ਸਾਥੋਂ ਖੋ ਕੇ ਲਿਆ ਸਕਦਾ ਹੈ ਦੂਰ ਕਰ ਸਕਦਾ ਹੈ ਪਰ ਅੱਜ ਉਹ ਲੋਕ ਹਾਰ ਗਏ ਸਿੱਧੂ ਨੂੰ ਗੋਲੀਆਂ ਮਾਰਨ ਤੋਂ ਬਾਅਦ ਵੀ ਲੋਕ ਹਾਰ ਗਏ ਕਿਉਂਕਿ ਜਿਨ੍ਹਾਂ ਦੇ ਦਿਲਾਂ ਵਿੱਚ ਸਿੱਧੂ ਵੱਸਦਾ ਕਿਵੇਂ ਕੱਢੋਂਗੇ ਤੁਸੀਂ ਉਹਨਾਂ ਨੂੰ ਛੋਟੇ ਛੋਟੇ ਬੱਚੇ ਉਹਦੇ ਲਈ ਪ੍ਰੇਅਰ ਕਰਦੇ ਨੇ ਮੈਂ ਕਹਿੰਦਾ ਦੇਖੋ ਲਹਿੰਦੇ ਪੰਜਾਬ ਦੇ ਵਿੱਚੋਂ ਬਾਬਾ ਨਜ਼ਮੀ ਖੁਰਾਨ ਨੇ ਅਨਜ਼ਮ ਗੱਲ ਹੋਰ ਬਹੁਤ ਸਾਰੇ ਲੋਕਾਂ ਨੇ ਅਫਸੋਸ ਪ੍ਰਗਟ ਕੀਤਾ ਹੈ ਬੜੀਆਂ ਸ਼ਖਸੀਅਤਾਂ ਨੇ ਉਹ ਅਸੀਂ ਮੰਨਦੇ ਸਾਡੀ ਭਰਾ ਨੇ ਉਹ ਤਾਂ ਪੰਜਾਬੀ ਪੰਜਾਬੀ ਭਰਾ ਨੇ ਸਾਡੇ ਪਾਕਿਸਤਾਨ ਵਾਲੇ ਜਿਹੜੇ ਲੋਕ ਗੈਰ ਪੰਜਾਬੀ ਨੇ ਜਿਹੜੇ ਪੰਜਾਬੀ ਜਿਹਨੇ ਬੋਲਦੇ ਵੀ ਨਹੀਂ ਜਿਨ੍ਹਾਂ ਨੂੰ ਸ਼ਾਇਦ ਸਮਝ ਵੀ ਨਹੀਂ ਆਉਂਦੀ ਹੋਵੇ ਉਹ ਲੋਕ ਸਿੱਧੂ ਮੂਸੇਵਾਲੇ ਵਾਲੇ ਰੋ ਰੋ ਕੇ ਟਵੀਟ ਕਰ ਰਹੇ ਨੇ ਰੋ ਰੋ ਕੇ ਪੋਸਟਾਂ ਪਾ ਰਹੇ ਨੇ ਮਤਲਬ ਸਿੱਧੂ ਨੂੰ ਕਿਵੇਂ ਘਟੋਂਗੇ ਦੱਸੋ ਮੰਨ ਚੋਂ ਤੁਸੀਂ ਕਲਾਕਾਰੀ ਕੈਸੀ ਚੀਜ਼ ਹੁੰਦਾ ਹੈ ਦੁਨੀਆ ਤੋਂ ਚਲੇ ਜਾਂਦਾ ਹੈ ਪਰ ਜਾਣ ਤੋਂ ਬਾਅਦ ਸਾਡੇ ਮੁਲਕ ਦੀ ਇੱਕ ਵੱਡੀ ਡਰਾ ਬੈਕ ਹੈ ਕਿ ਜਾਣ ਤੋਂ ਬਾਅਦ ਲੋਕਾਂ ਨੂੰ ਉਹਦੇ ਮੁੱਲ ਦਾ ਪਤਾ ਲੱਗਦਾ ਹੈ ਅੱਜ ਦੇ ਸਮੇਂ ਵਿੱਚ ਬੇਬਾਕੀ ਨਾਲ ਜਿਉਣਾ ਆਪਣੀਆਂ ਸ਼ਰਤਾਂ ਤੇ ਜਿਉਣਾ ਇਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਸਿੱਧੂ ਦੇ ਹਿੱਸੇ ਆਇਆ ਸਿੱਧੂ ਦੇ ਪੇਰੈਂਟਸ ਮਦਰ ਤੇ ਫਾਦਰ ਐਡੇ ਭੋਲੇ ਤੇ ਸਾਫ਼ ਦਿਲ ਇਨਸਾਨ ਨੇ ਕਿਉਂਕਿ ਮੈਂ ਉਹਨਾਂ ਕੋਲ ਰਹਿ ਕੇ ਵੀ ਆਇਆ ਤੇ ਰਾਤ ਵੀ ਰਹਿ ਆ ਉਹਨਾਂ ਕੋਲੇ ਬਹੁਤ ਨਾਈਸ ਬੰਦੇ ਨੇ ਉਹਨਾਂ ਨੂੰ ਦੁਨੀਆ ਦਾ ਜਿਹੜੇ ਚਲਾਕੀਆਂ ਤੋਂ ਬੇਖਬਰ ਲੋਕ ਨੇ ਉਹ ਕੋਈ ਪਤਾ ਨਹੀਂ ਇਹੀ ਗੱਲ ਸਿੱਧੂ ਦੀ ਹੈ ਦੇਖੋ ਐਡਾ ਮਸ਼ਹੂਰ ਹੋਣ ਤੋਂ ਬਾਅਦ ਉਹਦਾ ਇੱਕ ਵਿਜਨ ਸੀ ਬੰਦੇ ਦਾ ਉਹ ਬੰਦਾ ਕੈਨੇਡਾ ਵੀ ਰਹਿ ਸਕਦਾ ਸੀ ਬੰਬਈ ਵੀ ਰਹਿ ਸਕਦਾ ਸੀ ਪਰ ਉਹਨੇ ਪਿੰਡ ਚੁਣਿਆ ਆਪਣਾ ਜਦੋਂ ਸਿਆਸਤ ਜੁਆਇਨ ਕਰਦਾ ਤਾਂ ਅਸੀਂ ਉਹਨੂੰ ਪੁੱਛਦੇ ਹਾਂ ਕਿ ਸਿੱਧੂ ਤੂੰ ਸਿਆਸਤ ਤੋਂ ਕੀ ਲੈਣਾ ਸੀ ਤੂੰ ਤਾਂ ਬੈਸੀ ਬਹੁਤ ਵੱਡਾ ਐ ਇਹਨਾਂ ਚੀਜ਼ਾਂ ਤੋਂ ਉੱਪਰ ਐ ਤੂੰ ਤਾਂ ਉਹ ਜਿਹੜਾ ਜਵਾਬ ਦਿੰਦਾ ਨਾ ਉਹ ਜਵਾਬ ਚੁੱਪ ਕਰਾ ਦਿੰਦਾ ਸਾਨੂੰ ਉਹ ਜਵਾਬ ਇਹ ਸੀ ਕਹਿੰਦਾ ਵੀ ਯਾਰ ਜਿਹੜਾ ਮੇਰਾ ਪਿੰਡ ਹੈ ਨਾ ਜਿਹੜਾ ਮੇਰਾ ਲੱਕ ਹੈ ਜਿਹੜਾ ਮੇਰਾ ਜ਼ਿਲ੍ਹਾ ਬਹੁਤ ਪਛੜਿਆ ਹੋਇਆ ਹੈ ਮੈਂ ਇਹਦੇ ਲਈ ਕੁਝ ਕਰਨਾ ਚਾਹਣਾ ਪਰ ਜਿਹੋ ਜਿਹਾ ਸਾਡਾ ਸਿਸਟਮ ਹੋਇਆ ਹੋਇਆ ਹੈ ਪਾਵਰ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ ਤੁਸੀਂ ਸਮਰੱਥ ਹੋ ਕੇ ਵੀ ਕੁਝ ਨਹੀਂ ਕਰ ਸਕਦੇ ਇਸ ਕਰਕੇ ਤੁਹਾਡੇ ਕੋਲ ਕੋਈ ਪਾਵਰ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਇਸ ਕਰਕੇ ਕਹਿੰਦਾ ਮੈਂ ਲੈਕਚਰ 'ਚ ਖੜਾ ਹੋਇਆ ਨਹੀਂ ਮੇਰਾ ਕੋਈ ਮਕਸਦ ਨਹੀਂ ਹੈ ਮੈਂ ਕੋਈ ਵੱਡਾ ਨਹੀਂ ਹੋਣ ਲੱਗਿਆ ਐਮਐਲਏ ਬਣ ਕੇ ਜਾਂ ਕੋਈ ਮੰਤਰੀ ਬਣ ਕੇ ਸੋ ਮੈਂ ਇਹੀ ਸੋਚੀ ਜਾਂਦਾ ਹੈ ਕਿ ਹਰ ਬੰਦੇ ਦੀ ਇੱਛਾ ਹੁੰਦੀ ਹੈ ਜਦੋਂ ਬੰਦਾ ਸਕਸੈਸ ਹੁੰਦਾ ਹੈ ਉਹ ਬੰਦਾ ਕਹਿੰਦਾ ਜੀ ਮੈਂ ਪਿੰਡ ਚ ਉੱਠ ਕੇ ਹੁਣ ਪਹਿਲਾ ਕਸਬੇ ਜਾਵਾਂ ਕਸਬੇ ਤੋਂ ਸ਼ਹਿਰ ਜਾਵਾਂ ਫੇ ਕਿਸੇ ਮਹਾਨਗਰ ਜਾਵਾਂ ਅਦਰ ਕੰਟਰੀ ਜਾਵਾਂ ਪਰ ਉਹ ਉਹ ਬੰਦਾ ਸੀ ਜਿਹੜਾ ਕਹਿੰਦਾ ਨਹੀਂ ਮੈਂ ਪਿੰਡ ਰਹਿਣਾ ਇੱਥੇ ਰਹਿ ਕੇ ਮੈਂ ਕਿਹਾ ਵੀ ਨਹੀਂ ਤੈਨੂੰ ਲੋਕਾਂ ਨੂੰ ਅਪਰੋਚ ਕਰਨਾ ਉਹ ਕਹਿੰਦਾ ਨਹੀਂ ਇਹੀ ਤਾਂ ਗੱਲ ਹੈ ਜੇ ਕਿਸੇ ਕੰਪਨੀ ਨੇ ਕਿਸੇ ਬੰਦੇ ਨੇ ਮੈਨੂੰ ਮਿਲਣਾ ਹੈ ਉਹ ਪਹਿਲਾਂ ਪਤਾ ਕਰੂਗਾ ਮਾਨਸਾ ਕਿੱਥੇ ਹੈ ਸਰਚ ਕਰੂਗਾ ਫਿਰ ਉਹ ਪਤਾ ਕਰੂਗਾ ਮਾਨਸਾ ਚਲੀ ਜਾ ਕੇ ਮੂਸਾ ਕਿੱਥੇ ਹੈ ਜੀ ਕਹਿੰਦਾ ਇਹ ਇਹਦੇ ਨਾਲ ਜਦੋਂ ਲੋਕ ਪਿੰਡ ਆਉਣਗੇ ਮੈਨੂੰ ਮਿਲਣ ਆਉਣਗੇ ਇਹ ਨਾਲ ਮੇਰੇ ਪਿੰਡ ਦਾ ਮਾਣ ਵਧੂਗਾ ਮੇਰੇ ਪਿੰਡ ਦਾ ਮਨ ਲੱਗੂਗਾ ਹੁਣ ਸਾਡੇ ਉਲਟਾ ਹੁੰਦਾ ਕਈ ਵਾਰ ਬਹੁ ਗੰਤੀ ਲੋਕਾਂ ਦੇ ਆਪਣੀ ਆਪਣੀ ਥਿੰਕਿੰਗ ਹੈ ਉਹ ਪਸੰਦ ਨਹੀਂ ਕਰ ਦੱਸਣਾ ਮੈਂ ਪਿੰਡੋਂ ਆਇਆ ਉਹ ਕਹਿੰਦੇ ਜੀ ਮੈਂ ਤਾਂ ਚੰਡੀਗੜ੍ਹ ਰਹਿਣਾ ਬਿਲਕੁਲ ਰਹਿਣਾ ਚਾਹੇ ਕਿਤੇ ਵੀ ਰਹਿੰਦਾ ਹੋ ਬੰਦਾ ਸੋ ਇਹ ਵੱਡੀਆਂ ਗੱਲਾਂ ਸਿੱਧੂ ਕੋਲੇ ਸੀ ਸਿੱਧੂ ਇੱਕ ਦਿਲਦਾਰ ਬੰਦਾ ਸੀ ਵੱਡਾ ਬੰਦਾ ਸੀ ਸੋ ਇਹ ਸਾਡੇ ਲਈ ਹਮੇਸ਼ਾ ਇੰਡਸਟਰੀ ਲਈ ਜਿਵੇਂ ਬਹੁਤ ਵੱਡਾ ਘਟਾ ਇਹਨਾਂ 2 ਸਾਲ ਹੋ ਗਏ ਸੀ ਕਰੋਨਾ ਵਿੱਚੋਂ ਅਸੀਂ ਹਜੇ ਉੱਭਰਣ ਲੱਗੇ ਸੀ ਸ਼ੁਰੂ ਹੋਇਆ ਸੀ ਹਜੇ ਉੱਭਰਦਾ ਹੈ ਹੀ ਨਹੀਂ ਸੀ ਉਤੋਂ ਇਹ ਕਾ ਟਾਈਡਾ ਵੱਡਾ ਪੈ ਗਿਆ ਮੇਰੇ ਮਨ 'ਚ ਜਿਹੜੀ ਉਦੋਂ ਇੱਕਦਮ ਦਿਮਾਗ 'ਚ ਗੱਲ ਆਈ ਕਿ ਅਸੀਂ ਨਾ ਬਜ਼ੁਰਗ ਸਾਡੇ ਕਿਹਾ ਕਰਦੇ ਸੀ ਕਿ ਪੁੱਤ ਮਿਹਨਤ ਕਰੋ ਸੰਘਰਸ਼ ਕਰੋ ਜ਼ਿੰਦਗੀ ਤੁਹਾਨੂੰ ਦਾ ਫਲ ਮਿਲਦਾ ਹੈ ਮਿਹਨਤ ਦਾ ਫਲ ਮਿੱਠਾ ਹੁੰਦਾ ਆ ਹੁੰਦਾ ਮੈਨੂੰ ਐ ਲੱਗਿਆ ਜਾਂਦਾ ਵੀ ਸਿੱਧੂ ਉਹਦਾ ਸਾਰਾ ਘਟਨਾਕਰਮ ਦੇਖ ਕੇ ਉਹ ਇੱਕ ਖੁੱਲੀ ਕਿਤਾਬ ਸੀ ਉਹਦਾ ਘਟਨਾਕਰਮ ਦੇਖ ਕੇ ਸਾਡੇ ਬੱਚੇ ਕਿਉਂ ਮਿਹਨਤ ਕਰਨਗੇ ਉਹ ਕਿਉਂ ਮਸ਼ਹੂਰ ਹੋਣਗੇ ਉਹ ਕਹਿੰਦੇ ਜੇ ਮਸ਼ਹੂਰ ਹੋ ਗਏ ਇਹ ਹਸ਼ਰ ਹੋਣਾ ਹੈ ਕਿ ਅਸੀਂ ਮਸ਼ਹੂਰ ਕਿਉਂ ਹੋਈਏ ਅਸੀਂ ਕਿਉਂ ਮਿਹਨਤ ਕਰੀਏ ਪਰ ਸਾਡੇ ਜਿਹੜੇ ਸਮਾਜ ਦੇ ਵਿੱਚ ਲੋਕ ਚੰਗੇ ਕੰਮ ਕਰਦੇ ਨੇ ਜਿਹੜੇ ਲੋਕ ਕਿਸੇ ਫੀਲਡ 'ਚ ਕੰਮ ਕਰਦੇ ਆ ਇਹ ਨਹੀਂ ਮੈਂ ਕਹਿੰਦਾ ਸਾਡੀ ਫੀਲਡ 'ਚ ਹੀ ਕਿਸੇ ਫੀਲਡ 'ਚ ਵੀ ਕੰਮ ਕਰਦੇ ਆ ਉਹਨਾਂ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਚਾਹੇ ਉਹ ਸਾਡੇ ਕੋਈ ਕਿਸਾਨ ਭਰਾ ਨੇ ਚਾਹੇ ਕੋਈ ਮੁਲਾਜ਼ਮ ਭਰਾ ਨੇ ਜਾਂ ਸਾਡੇ ਕੋਈ ਹੋਰ ਬੰਦੇ ਨੇ ਕਲਾ ਜਗਤ ਨਾਲ ਜੁੜੇ ਬੰਦੇ ਨੇ ਜਾਂ ਕੋਈ ਦੂਜੇ ਕਿਸੇ ਸੈਕਟਰ ਨਾਲ ਜੁੜੇ ਬੰਦੇ ਨੇ ਇਹ ਤੁਹਾਨੂੰ ਆਪ 'ਚ ਇਕੱਠੇ ਹੋਣਾ ਚਾਹੀਦਾ ਤੁਹਾਡਾ ਮੁੱਲ ਕਿਸੇ ਨੇ ਬਾਹਰੋਂ ਪਾਉਣਾ ਨਹੀਂ ਉਹਨਾ ਤੁਸੀਂ ਆਪਣੇ ਧੀਆਂ ਪੋਤਾਂ ਦੇ ਆਪ ਮੁੱਲ ਪਾਉਣੇ ਆ ਤੁਸੀਂ ਆਪਣੇ ਧੀਆਂ ਪੋਤਾਂ ਦੀ ਜਿਹੜੀ ਮਿਹਨਤ ਹੈ ਉਹਨੂੰ ਆਪ ਦੇਖਣਾ ਇਹਨੂੰ ਕੋਈ ਹੋਰ ਨਹੀਂ ਦੇਖ ਸਕਦਾ ਕਿਉਂਕਿ ਤੁਹਾਤੋਂ ਵੱਡ ਤੁਹਾਡੇ ਧੀਆਂ ਪੋਤਾਂ ਨੂੰ ਹੋਰ ਕੋਈ ਨਹੀਂ ਜਾਣਦਾ ਸਾਡੀ ਸਮੱਸਿਆ ਇਹ ਹੈ ਕਿ ਸਾਡੇ ਸਿੱਧੂ ਦੇ ਨਾਂ ਤੇ ਵੀ ਬਹੁਤ ਸਾਰੀ ਸਿਆਸਤ ਹੋਈ ਉਹਦੇ ਮਰਨ ਤੋਂ ਬਾਅਦ ਬਹੁਤ ਸਾਰੀ ਸਿਆਸਤ ਹੋਈ ਸੋ ਇਹ ਨਹੀਂ ਹੋਣਾ ਚਾਹੀਦਾ ਕਿਸੇ ਮਾਂ ਦਾ ਦਿਲ ਪੁੱਛ ਕੇ ਦੇਖੋ ਬਾਪ ਦਾ ਦਿਲ ਪੁੱਛ ਕੇ ਦੇਖੋ ਜਿਨ੍ਹਾਂ ਦੀ ਇੱਕੋ ਇੱਕ ਆਸ ਦੀ ਕਿਰਨ ਚਲੀ ਗਈ ਤੁਸੀਂ ਉਹਦੇ ਨਾਂ ਤੇ ਸਿਆਸਤਾਂ ਕਰਦੇ ਹੋ ਇਸਨੂੰ ਕੱਲ ਦੇਖਿਆ ਜਾਵੇ ਤਾਂ ਉਹਨਾਂ ਦੇ ਫਾਦਰ ਜਿਹੜੇ ਸੀ ਉਹ ਲਾਈਵ ਆਏ ਤਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਚ ਰੱਖਣੀ ਪਈ ਉਹ ਬੰਦੇ ਨੂੰ ਇਹ ਗੱਲ ਕਹਿਣੀ ਪਈ ਆ ਕਿ ਮੈਂ ਕਿਸੇ ਸਿਆਸਤ ਨਾਲ ਸੰਬੰਧ ਨਹੀਂ ਹੈਗਾ ਕਹਿੰਦੇ ਸੀ ਜੀ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਕਰਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਕਰ ਦੋਤਰੇ ਇੱਕ ਨਾਂ ਦੇ ਘਰ ਇੱਕ ਜੇ ਉਹ ਵੀ ਜਾਵੇ ਮਰ ਤਾਂ ਸਾਹਿਬ ਨੂੰ ਕੌਣ ਕਹੇ ਇੰਜ ਨਹੀਂ ਤੋਂ ਇੰਜ ਕਰ ਉਹਨਾਂ ਯਾਦ ਹੁੰਦਾ ਹੈ ਕਿ ਸ਼ੇਪਕਨ ਬਟਾਲਵੀ ਨੇ ਕਿਸੇ ਟਾਈਮ ਲਿਖਿਆ ਸੀ ਆ ਜੋ ਬਨਰ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਦਾ ਜੋ ਬਨਰ ਉੱਤੇ ਜੋ ਵੀ ਮਰਦਾ ਫੁੱਲ ਬਣਿਆ ਜਾਂ ਤਾਰਾ ਜੋ ਬਨਰ ਉੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਮਾਰਾ ਉਹ ਜ਼ਿੰਦਗੀ ਦਾ ਆਸ਼ਿਕ ਸੀ ਬੰਦਾ ਉਹ ਜ਼ਿੰਦਗੀ ਨਾਲ ਜੁੜਿਆ ਇਨਸਾਨ ਸੀ ਚਲੋ ਕੰਮ ਕਰਨ ਲੱਗ ਚੀਜ ਹੈ ਫੀਲਡ 'ਚ ਹੁਣ ਲੱਗ ਚੀਜ ਹੈ ਮਤਲਬ ਜਿਹੜੇ ਬੰਦੇ ਉਹਨੂੰ ਕਦੇ ਮਿਲੇ ਨਹੀਂ ਜੀ ਪਾਕਿਸਤਾਨ ਮੇਰੀ ਕਿਸੇ ਨਾਲ ਗੱਲ ਹੁੰਦੀ ਸੀ ਬੰਦਾ ਕਹਿੰਦਾ ਯਾਰ ਮੈਂ ਸਿੱਧੂ ਮੂਸੇ ਵਾਲੇ ਨੂੰ ਕਦੇ ਨਹੀਂ ਜ਼ਿੰਦਗੀ ਚ ਮਿਲਿਆ ਸਿਰਫ ਮੈਂ ਉਹਦੀ ਡੈਥ ਤੋਂ ਬਾਅਦ ਉਹਦੇ ਗੀਤ ਸੁਣੇ ਮੈਂ ਪਹਿਲਾਂ ਗੀਤ ਵੀ ਨਹੀਂ ਉਹਦੇ ਸੁਣੇ ਔਰ ਮੈਂ ਆਪਣੇ ਆਪ ਤੇ ਇੰਨਾ ਸ਼ਰਮਿੰਦਾ ਹੋਇਆ ਕਿ ਵਰਡ ਦਾ ਐਡਾ ਬੰਦਾ ਸਾਡਾ ਪੰਜਾਬੀ ਬੰਦਾ ਵਰਡ ਦਾ ਐਡਾ ਫੇਮਸ ਬੰਦਾ ਮੈਂ ਇਹਨੂੰ ਸੁਣਨ ਤੋਂ ਬਿਨਾ ਕਿਵੇਂ ਬੰਜਾ ਰਹਿ ਗਿਆ ਮੈਂ ਇਹਨੂੰ ਅਜੇ ਤੱਕ ਸੁਣਿਆ ਕਿਉਂ ਨਹੀਂ ਸੋ ਲੋਕ ਇਹ ਮਹਿਸੂਸ ਕਰਦੇ ਨੇ ਲੋਕ ਇਹ ਲਿਖ ਕੇ ਪੋਸਟਾਂ ਪਾਉਂਦੇ ਨੇ ਕਿ ਯਾਰ ਮੈਂ ਤਾਂ ਤੇਰਾ ਫੈਨ ਵੀ ਨਹੀਂ ਸੀ ਹੁਣ ਤਾਂ ਦਿਮਾਗ ਚੋਂ ਨਿਕਲ ਜਾ ਤੂੰ ਹਜੇ ਵੀ ਨਿਕਲਦਾ ਇਹ ਕੱਲ ਦਾ ਤੁਸੀਂ ਅਸਰ ਦੇਖੋ ਵੀ ਜਿਵੇਂ ਸਾਡ ਮੇਰੀ ਮਾਂ ਹੈ ਜਾਂ ਸਾਡੇ ਹੋਰ ਪੇਰੈਂਟਸ ਨੇ ਸਾਡੇ ਵੱਡੇ ਨੇ ਸਾਰੇ ਕਲਾਕਾਰਾਂ ਦੇ ਨਾਲ ਹੀ ਚਾਹੇ ਕੋਈ ਗਾਇਕ ਭਰਾਏ ਚਾਹੇ ਕੋਈ ਲੇਖਣਾ ਗਾਉਣ ਵਾਲਾ ਐਕਟਿੰਗ ਕਰਨ ਵਾਲਾ ਸਾਡੇ ਪੇਰੈਂਟਸ ਨੂੰ ਇਹ ਲੱਗਦਾ ਹੈ ਪੁੱਤ ਆਪਣਾ ਖਿਆਲ ਰੱਖੋ ਉਹਨਾਂ ਨੂੰ ਆਣ ਲੱਗਦਾ ਪਤਾ ਨਹੀਂ ਕੀ ਹੋ ਗਿਆ ਮਤਲਬ ਬੱਚਿਆਂ ਨੂੰ ਲੱਗਦਾ ਹੈ ਫੋਰਨ ਕੰਟਰੀ ਤੋਂ ਕਿੰਨੇ ਸਾਰੇ ਬੱਚੇ ਜਿਨ੍ਹਾਂ ਨੂੰ ਪਤਾ ਸੀ ਮੈਂ ਉਹਦੇ ਨਾਲ ਫਿਲਮ ਕੀਤੀ ਹੈ ਉਹ ਬੱਚੇ ਬਹੁਤ ਸਾਰੇ ਸਾਨੂੰ ਫੋਨ ਕਰ ਕਰਦੇ ਨੇ ਵੀ ਅੰਕਲ ਜੀ ਇਹ ਕੀ ਹੋ ਗਿਆ ਬਾਪੂ ਜੀ ਕੀ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਬਿਲਕੁਲ ਨਹੀਂ ਆਇਆ ਕੀ ਹੋਇਆ ਅਮਲਕੀਚਰ ਦੇਖੇ ਤਾਂ ਬਹੁਤ سارے ਆਰਟਿਸਟ ਹੈ ਤਾਂ ਜਿਹੜੇ ਪੋਸਟਾਂ ਪਾ ਰਹੇ ਨੇ ਆਪਣੇ ਜਿੱਥੇ ਪੋਸਟਪੋਨ ਦਾ ਕਰ ਹੀ ਰਹੇ ਨੇ ਸ਼ੋਅ ਨਾਲ ਦੇ ਨਾਲ ਕਿਤੇ ਨਾ ਕਿਤੇ ਡਰ ਵੀ ਪ੍ਰਗਟਾ ਰਹੇ ਨੇ ਆਪਣਾ ਕਿ ਅਸੀਂ ਕਿਵੇਂ ਖੁੱਲੇ ਦੇ ਵਿੱਚ ਜਾ ਕੇ ਜਿਹੜਾ ਆ ਅਸੀਂ ਸ਼ੋਅ ਕਰ ਸਕਦੇ ਆ ਆਪਣਾ ਪੰਜਾਬ ਜਿੱਥੇ ਜੰਮੇ ਆ ਜਿੱਥੇ ਵੱਡੇ ਹੋਏ ਆ ਜਿਹਦਾ ਨਾਮ ਡਰ ਸਾਡੇ ਜਿਹੜੇ ਸਿੰਗਰ ਕਲਾਕਾਰ ਭਰਾ ਨੇ ਉਹਨਾਂ ਦੇ ਸ਼ੋਅ ਬੁੱਕ ਸੀ ਕਈ ਦਾ 2 ਤੱਕ ਨੂੰ ਬੁੱਕ ਸੀ ਕਈ ਦਾ 5 ਨੂੰ 7 ਨੂੰ ਕਈਆਂ ਦੇ ਬੁੱਕ ਸੀ ਸ਼ੋਅ ਉਹਨਾਂ ਨੇ ਸ਼ੋਅ ਕੈਨਸਲ ਕਰ ਦਿੱਤੇ ਕਈ ਬੰਦੇ ਤਾਂ ਅੰਡਰਸਟੈਂਡ ਕਰ ਗਏ ਵੀ ਠੀਕ ਹੈ ਇਹੋ ਜਿਹਾ ਮਾਹੌਲ ਤੁਸੀਂ ਨਹੀਂ ਕਰ ਸਕਦੇ ਛੂ ਠੀਕ ਹੈ ਆਪਾਂ ਫਿਰ ਕਰ ਲਾਂਗੇ। ਕਈ ਬੰਦੇ ਅੱਗੋਂ ਉਹਨਾਂ ਦੇ ਗਲ ਪੈ ਗਏ ਅਸੀਂ ਤੁਹਾਡੇ ਤੇ ਕੇਸ ਕਰਾਂਗੇ। ਸਾਡਾ ਪ੍ਰੋਗਰਾਮ ਖਰਾਬ ਹੋ ਰਿਹਾ ਹੈ ਤੁਸੀਂ ਕਿਉਂ ਨਹੀਂ ਸ਼ੋਅ ਕਰ ਰਹੇ? ਉਹ ਫਿਰ ਇੰਡਸਟਰੀ ਨੇ ਰਲ ਕੇ ਸਟੈਂਡ ਲਿਆ ਇਸ ਗੱਲ ਦੇ ਵਿੱਚ ਵੀ ਨਹੀਂ। ਤੁਸੀਂ ਕੇਸ ਕਰ ਲਓ ਕੋਈ ਗੱਲ ਨਹੀਂ ਅਸੀਂ ਸਾਰੀ ਇੰਡਸਟਰੀ ਰਲ ਕੇ ਜਵਾਬ ਦੇਵਾਂਗੇ ਕਿ ਇਹੋ ਜਿਹਾ ਮੌਕਾ ਨਹੀਂ ਹੈ ਕਿ ਅਜੇ ਅਸੀਂ ਉਸ ਦੁੱਖ ਚੋਂ ਨਿਕਲ ਹੀ ਰਹੇ ਤੇ ਅਸੀਂ ਸਟੇਜਾਂ ਤੇ ਜੜ ਕੇ ਨੱਚੀਏ ਗਾਈਏ ਚੰਗਾ ਨਹੀਂ ਲੱਗਦਾ। ਮੈਂ ਤਾਂ ਕਈ ਵਾਰੀ ਵੀ ਸੋਚਦਾ ਵੀ ਕਈ ਵਾਰ ਅਸੀਂ ਇਹੋ ਜਗ੍ਹਾ ਜਾਂਦੇ ਆ ਅਸੀਂ ਕਿੰਨੇ ਮਜਬੂਰ ਹੁੰਨੇ ਆ ਆਪਣੇ ਆਪ ਨੂੰ ਹੁਣ ਸਮਝਾਉਣ ਲੱਗੇ ਗੱਲ ਕਿ ਜਦੋਂ ਕਿਸੇ ਦੁੱਖ ਦੀ ਘੜੀ 'ਚ ਕਿਸੇ ਦੇ ਜਾਈਏ ਉਦੋਂ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਸਾਡੇ ਨਾਲ ਫੋਟੋ ਖਿਚਾਓ ਉਦੋਂ ਸਾਡਾ ਦਿਲ ਰੋਂਦਾ ਅੰਦਰੋਂ ਤੁਸੀਂ ਕਿਸੇ ਨੂੰ ਜਵਾਬ ਦੇ ਦਿੰਦੇ ਹੋ ਫਿਰ ਤੁਹਾਡੇ ਮੂੰਹ ਤੇ ਕਹਿੰਦੇ ਅੱਛਾ ਹੁਣ ਤੁਸੀਂ ਬੜੇ ਕਲਾਕਾਰ ਹੋ ਗਏ ਜੇ ਤੁਸੀਂ ਫੋਟੋ ਖਿਚਾ ਲੈਂਦੇ ਹੋ ਫਿਰ ਉਹੀ ਬੰਦੇ ਖਿੱਚ ਕੇ ਪੋਸਟ ਪਾ ਦਿੰਦੇ ਨੇ ਕਿ ਆ ਦੇਖੋ ਜੀ ਤੇ ਫੋਟੋ ਖਿਚਾਉਣ ਆਏ ਆ ਮੈਨੂੰ ਕਿਵੇਂ ਦਸੀਏ ਬਹੁਤ ਸਾਰੇ ਲੋਕ ਫੇਸਬੁੱਕ ਤੇ ਪੁੱਛਦੇ ਨੇ ਤੁਸੀਂ ਕੀ ਕੀਤਾ ਜੀ जो जो है, है, कि ਹੁਣ ਜੋ ਕੁਛ ਅਸੀਂ ਐਫਰਟਸ ਕਰ ਰਹੇ ਆਂ ਜੋ ਇੰਡਸਟਰੀ ਜੋ ਕਰ ਰਹੀ ਹੈ ਇੰਡਸਟਰੀ ਜੋ ਉੱਪਰ ਲਈ ਜੋ ਕੁਛ ਕਰ ਰਹੀ ਹੈ ਇੰਡਸਟਰੀ ਉਹਦੇ ਪੇਰੈਂਟਸ ਨਾਲ ਜਾ ਕੇ ਜਿਹਨਾਂ ਦਾ ਦੁੱਖ ਸੁੱਖ ਵੰਡਾ ਸਕਦੇ ਆਂ ਮਤਲਬ ਇਹ ਹੁਣ ਫੇਸਬੁੱਕਾਂ ਤੇ ਪਾ ਕੇ ਦੱਸਿਆ ਜਾਵੇ ਕਿ ਮੈਂ ਉੱਥੇ ਗਿਆ ਸੀ ਜੀ ਮੈਂ ਉਹਦੇ ਫਾਦਰ ਸਾਹਿਬ ਨਾਲ ਇਹ ਗੱਲ ਕੀਤੀ ਮੈਂ ਉਹਦੀ ਮਦਰ ਕੋਲ ਬੈਠਾ ਸੀ ਮਤਲਬ ਉਹ ਹਰ ਚੀਜ਼ ਹੁਣ ਫੇਸਬੁੱਕ ਤੇ ਪਾਇਆ ਕਰੀਏ ਸੋ ਇਹ ਵੀ ਗੱਲ ਹੈ ਹਰ ਬੰਦੇ ਨੂੰ ਦੁੱਖ ਹੋਇਆ ਹੈ ਹਰ ਬੰਦੇ ਨੂੰ ਆਏ ਅਸੀਂ ਕਿਉਂ ਵਿਚਾਰ ਰਹੇ ਆਂ ਕਿ ਅਸੀਂ ਬਹੁਤ ਕੋਈ ਵੱਡਾ ਅਸੀਂ ਵੱਡਾ ਕੁਝ ਨਹੀਂ ਕੀਤਾ ਇੰਡਸਟਰੀ ਨੇ ਕੁਝ ਨਹੀਂ ਵੱਡਾ ਕੀਤਾ ਇਹ ਸਾਡਾ ਇੱਕ ਪਰਿਵਾਰ ਹੈ ਜਦੋਂ ਕਿਸੇ ਦੇ ਦੁੱਖ ਸੁੱਖ ਹੁੰਦਾ ਹੈ ਇਹ ਤਾਂ ਖੈਰ ਕਹਿਰ ਦੀ ਮੌਤ ਹੋਈ ਹੈ ਵੱਡੀ ਮੌਤ ਹੋਈ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਜਿਹੜੀ ਫੀਲਡ 'ਚ ਕੰਮ ਕਰਦੇ ਹੋਈਏ ਚਾਹੇ ਕਿਸੇ ਫੈਕਟਰੀ 'ਚ ਕੰਮ ਕਰਦੇ ਹੋਈਏ ਜਦੋਂ ਵੀ ਕੋਈ ਮਨੁੱਖਤਾ ਦਾ ਘਾਣ ਹੁੰਦਾ ਹੈ ਮਨੁੱਖਤਾ ਦੇ ਲਈ ਕੋਈ ਮਾੜੀ ਖਬਰ ਆਉਂਦੀ ਹੈ ਤਾਂ ਸਾਰੇ ਇਕੱਠੇ ਹੋ ਕੇ ਉਸ ਦੇ ਲਈ ਪ੍ਰੇਅਰ ਕਰੀਏ ਉਸ ਦੇ ਲਈ ਜੋ ਕੁਝ ਕਰ ਸਕਦੇ ਹਾਂ ਉਹਦੇ ਪੇਰੈਂਟਸ ਨੂੰ ਦਰਸਾ ਦੇ ਸਕਦੇ ਹਾਂ ਜੋ ਵੀ ਕਰ ਸਕਦੇ ਹਾਂ ਸਾਡਾ ਇਹ ਫਰਜ਼ ਬਣਦਾ ਹੈ ਸੋ ਅਸੀਂ ਆਪਣੇ ਫਰਜ਼ ਕਰ ਰਹੇ ਹਾਂ ਅਸੀਂ ਇਹ ਉਮੀਦ ਨਾ ਕਰੀਏ ਕਿ ਅਸੀਂ ਫੇਸਬੁੱਕਾਂ ਤੇ ਪਾਵਾਂਗੇ ਮੈਂ ਤੁਸੀਂ ਮਲਕੀਤ ਸਰ ਚੀਜ਼ ਕਰਕੇ ਸਾਰੀ ਇੰਡਸਟਰੀ ਉਰਾਲ ਕੇ ਸਟੈਂਡ ਲੈ ਰਹੀ ਆ ਕਿ ਜੇ ਕਿਸੇ ਦਾ ਕੇਸ ਹੁੰਦਾ ਕੁਝ ਵੀ ਨਾਲ ਖੜਾਂਗੇ ਤਾਂ ਕੀ ਲੱਗਦਾ ਕਿ ਕਿਤੇ ਨਾ ਕਿਤੇ ਬੇਸ਼ੱਕ ਸਿੱਧੂ ਮੂਸੇਵਾਲਾ ਨਹੀਂ ਰਹੇ ਪਰ ਕਿਤੇ ਨਾ ਕਿਤੇ ਜੁਨਿਟੀ ਹੁਣ ਇੱਕ ਦੁਬਾਰ ਦੁਬਾਰਾ ਬਾਂਝ ਕੇ ਇੱਕ ਦੂਜੇ ਨਾਲ ਖੜਨ ਦੀ ਜਿੱਥੇ ਗੱਲਾਂ ਆਂਦੇ ਸੀ ਲਤਾਂ ਖਿੱਚਦੇ ਸੀ ਜਾਂ ਇੱਕ ਦੂਜੇ ਨਾਲ ਕੰਟਰੋਵਰਸਿਸ ਜ਼ਿਆਦਾ ਕ੍ਰੀਏਟ ਹੁੰਦੇ ਸੀ ਹਰ ਇੱਕ ਨੂੰ ਇੱਕ ਚੀਜ਼ ਤਾਂ ਪੋਸਟਾਂ ਮੈਂ ਦੇਖਿਆ ਕੁਝ ਸਿੰਗਰਾਂ ਨੇ ਪਾਈਆਂ ਕਿ ਜੇ ਮੇਰੇ ਕੋਲ ਵੀ ਕਿਸੇ ਨੂੰ ਕੁਝ ਮਾੜਾ ਚੰਗਾ ਬੋਲਿਆ ਗਿਆ ਤਾਂ ਮੈਂ ਮਾਫੀ ਮੰਗਦਾ ਆ ਪਰ ਦਿਲ ਚ ਕੋਈ ਵੈਮ ਕੋਈ ਵੈਰ ਨਾ ਰਹੇ ਕਿਉਂਕਿ ਉਮਰ ਦਾ ਕੁਝ ਨਹੀਂ ਪਤਾ ਕੌਣ ਇੱਥੇ ਕਦੋਂ ਤੱਕ ਆ ਕਦੋਂ ਤੱਕ ਲਈ ਸਿੱਧੂ ਬਹੁਤ ਥੋੜੇ ਸਮਿਆਂ ਦੇ ਵਿੱਚ 5 ਸਾਲਾਂ ਦੇ ਵਿੱਚ ਇੱਕ ਵੱਡਾ ਸਟਾਰ ਬਣਿਆ ਉਹਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਹੈ ਜਿਹੜੇ ਲੋਕ ਸਿੱਧੂ ਦੇ ਹੁੰਦੇ ਹੋਏ ਸਿੱਧੂ ਦੇ ਖਿਲਾਫ ਬੋਲਦੇ ਸੀ ਉਹਨਾਂ ਨੇ ਵੀ ਪੋਸਟਾਂ ਪਾਈਆਂ ਕਿ ਬਹੁਤ ਮਾੜਾ ਹੋਇਆ ਫਿਰ ਲੋਕਾਂ ਨੇ ਉਹਨੂੰ ਕਮੈਂਟ ਕੀਤੀ ਕਿ ਉਹ ਤੁਸੀਂ ਐਂ ਕਹਿੰਦੇ ਸੀ ਕਿਤੇ ਨਾ ਕਿਤੇ ਬੰਦੇ ਰੀਅਲਾਈਜ਼ ਹੁੰਦਾ ਹੈ ਕਿ ਮੈਂ ਗਲਤ ਸੀ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਸਾਡਾ ਆਪਣਾ ਇੱਕ ਫੀਲਡ ਹੈ ਸਾਡੀ ਆਪਣੀ ਦੁਨੀਆ ਸਾਡਾ ਆਪਣਾ ਸਮਾਜ ਹੈ ਸਾਡਾ ਆਪਣਾ ਪੰਜਾਬ ਹੈ ਸਾਡੀ ਆਪਣੀ ਧਰਤੀ ਹੈ ਸਾਰੀ ਇਹ ਜਿਹਦੇ ਤੇ ਅਸੀਂ ਆਪਣਾ ਆਪਣਾ ਇੱਕ ਰੋਲ ਅਦਾ ਕਰਨਾ ਹੈ ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ ਅਸੀਂ ਦੂਜੇ ਨੂੰ ਕਿਉਂ ਮਾੜਾ ਚੰਗਾ ਆਖੀਏ ਅਸੀਂ ਕੰਮ ਕਰੀਏ ਜਿੰਨਾਂ ਦਾ ਦੂਜਾ ਕੋਈ ਚੰਗਾ ਕੰਮ ਕਰਦਾ ਹੈ ਉਹਨੂੰ ਐਪਰੀਸ਼ੀਏ ਮਿਲ ਕੇ ਰਹੀਏ ਤਾਂ ਕਿ ਅਸੀਂ ਆਉਣ ਵਾਲੇ ਸਮਾਜ ਦੇ ਲਈ ਇੱਕ ਮਿਸਾਲ ਬਣ ਸਕੀਏ ਆਉਣ ਵਾਲੇ ਬੱਚਿਆਂ ਦੇ ਲਈ ਕੋਈ ਚੰਗਾ ਛੱਡ ਕੇ ਜਾ ਸਕੀਏ ਮੈਂ ਸਮਝਦਾ ਜਿਹੜੀ ਸਾਡੀ ਉਮਰ ਦੇ ਲੋਕ ਨੇ ਸਾਤੋਂ ਇੱਕ ਵੱਡਾ ਗ ਉਗਣਾ ਇਹ ਹੈ ਕਿ ਜਿਹੜੇ ਸਾਡੇ ਪੇਰੈਂਟਸ ਸੀ ਨਾ ਉਹ ਸਾਨੂੰ ਕਈ ਵਾਰ ਸਾਡੀਆਂ ਦਾਦੀਆਂ ਨਾਨੀਆਂ ਸਾਡੇ ਬਾਪੂਰੀ ਮਤਲਬ ਛੋਟੀਆਂ-ਛੋਟੀਆਂ ਕਹਾਣੀਆਂ ਜਿਹਨੂੰ ਬਾਤਾਂ ਕਹਿੰਦੇ ਸੀ ਉਹਦੇ ਵਿੱਚ ਚੰਗੀਆਂ ਗੱਲਾਂ ਮੋਰਲ ਦੱਸ ਜਾਂਦੇ ਸੀ ਕਿ ਜ਼ਿੰਦਗੀ ਦੇ ਅਨਰੋਹੀਆਂ ਕਦਰਾਂ ਕੀ ਹੈ ਜਿਹੜੇ ਸਾਡੀ ਉਮਰ ਦੇ ਲੋਕ ਨੇ ਅਸੀਂ ਆਪਣੀ ਜਿਹੜੀ ਪੀੜ੍ਹੀ ਹੈ ਉਹਨਾਂ ਟਾਈਮ ਨਹੀਂ ਦੇ ਸਕੇ ਕਿਉਂਕਿ ਸਮੇਂ ਦੀ ਅਸੀਂ ਇਹ ਨਹੀਂ ਚੱਲੀ ਆ ਅਸੀਂ ਵੀ ਉਸ ਦੌਰ 'ਚ ਸ਼ਾਮਲ ਹੋ ਗਏ ਸਾਡੇ ਕੋਲ ਬੱਚਿਆਂ ਲਈ ਸਮਾਂ ਨਹੀਂ ਸੀ ਹੈਗਾ ਸੋ ਅਸੀਂ ਬੱਚਿਆਂ ਨੂੰ ਚੰਗੀਆਂ ਅੰਗਰੇਜ਼ੀ ਸਿਖਾ ਨਹੀਂ ਸਕੇ ਆਪਣੀ ਜਿਹੜੀ ਹਿਸਟਰੀ ਸੀ ਉਹ ਤਾਂ ਜਾਣੂ ਨਹੀਂ ਕਰਾ ਸਕੇ ਆਪਣੇ ਵਿਰਸੇ ਬਰਾਸਤ ਤੋਂ ਆਪਣੇ ਸੱਭਿਆਚਾਰ ਤੋਂ ਆਪਣੇ ਕਲਚਰ ਤੋਂ ਬਿਜਾਣੂ ਨਹੀਂ ਕਰਾ ਸਕੇ ਕਿ ਸਾਡਾ ਕਲਚਰ ਕੀ ਆ ਸੀ ਕਿਵੇਂ ਭਾਈਚਾਰੇ ਨਾਲ ਰਹਿਣਾ ਹੈ ਕਿ ਮੈਂ ਇੱਕ ਦੂਜੇ ਦੀ ਮਦਦ ਕਰਨੀ ਹੈ ਕਿ ਦੁਲਤਾਂ ਖਚਣ ਦੀ ਬਜਾਏ ਅਸੀਂ ਇੱਕ ਦੂਜੇ ਦਾ ਜੇ ਦੁੱਖ ਸੁੱਖ ਹੈ ਉਹਨੂੰ ਵੰਡ ਕੇ ਕਿਵੇਂ ਜਿਉਣਾ ਹੈ ਜਾਂ ਇੱਕ ਦੂਜੇ ਦੀ ਜੋ ਗਲਤੀ ਵੀ ਹੁੰਦੀ ਹੈ ਤਾਂ ਉਹਨੂੰ ਪਿਆਰ ਨਾਲ ਕਿਵੇਂ ਸਮਝਾਉਣਾ ਹੈ ਸਗੋਂ ਉਹਨੂੰ ਉਛਾਲਣ ਦੀ ਬਜਾਏ ਉਹਦੀ ਇੱਜ਼ਤ ਕਿਵੇਂ ਬਚਾਉਣੀ ਹੈ ਪਰ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਪਰ ਅਸੀਂ ਬੱਚਿਆਂ ਨੂੰ ਦੇ ਸਕੇ ਸਾਡੀ ਗਲਤੀ ਹੈ ਸ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਇਹ ਗਲਤੀਆਂ ਨੂੰ ਸੁਧਾਰਨ ਦੀ ਕਿ ਆਉਣ ਵਾਲੀ ਜਨਰੇਸ਼ਨ ਦੇ ਲਈ ਜਿਹੜੀਆਂ ਸਾਡੀਆਂ ਚੰਗੀਆਂ ਮੋਰਲ ਚੀਜ਼ਾਂ ਨੇ ਉਹ ਦੇ ਕੇ ਜਾਈਏ ਮਤਲਬ ਪੈਸਾ ਸਿਕੰਦਰ ਵਰਗੇ ਲੋਕਾਂ ਨੇ ਬਹੁਤ ਕਮਾਇਆ ਸਾਰੇ ਛੱਡ ਕੇ ਇੱਥੇ ਚਲੇ ਗਏ ਪੈਸੇ ਇੱਥੇ ਰਹਿ ਜਾਣਾ ਹੈ ਸੋ ਪੈਸਾ ਵੱਡੀ ਚੀਜ਼ ਨਹੀਂ ਹੁੰਦੀ ਪਰ ਮੈਂ ਮੰਨ ਕਰ ਨਹੀਂ ਆ ਕਿ ਪੈਸੇ ਬਿਨਾ ਵੀ ਕੁਝ ਨਹੀਂ ਚੱਲਦਾ ਪਰ ਜ਼ਿੰਦਗੀ 'ਚ ਪੈਸਾ ਸਭ ਕੁਝ ਨਹੀਂ ਹੈ ਪੈਸੇ ਨੂੰ ਇਨਸਾਨ ਬੜਤੇ ਪੈਸਾ ਇਨਸਾਨ ਨੂੰ ਨਾ ਬੜਤ ਜੇ ਇਹ ਗੱਲ ਸਾਨੂੰ ਖਿਆਲ ਰੱਖਣੀ ਚਾਹੀਦੀ ਹੈ ਜੀ ਜਿੰਨੇ ਨਾਲ ਮਲਕੀਤਸਨੋ ਪੂਰੀ ਇੰਡਸਟਰੀ ਟੁੱਟੀ ਪਈ ਆ ਇਸ ਟਾਈਮ ਤੇ ਤੁਸੀਂ ਕੁਝ ਕਹਿਣਾ ਚਾਹੋ ਸਾਰੇ ਜਿੰਨੇ ਵੀ ਇੰਡਸਟਰੀ ਦੇ ਲੋਕ ਆ ਕਿ ਰਲ ਕੇ ਕੰਮ ਕੀਤਾ ਜਾਵੇ ਜਿਹੜੀ ਅੱਗੇ ਚੀਜ਼ਾਂ ਹੁੰਦੀਆਂ ਸੀ ਉਹ ਨਾ ਹੋਣ ਇੰਡਸਟਰੀ ਦੇ ਵਿੱਚ ਹੋਰ ਇੰਡਸਟਰੀ ਦੀ ਗਰੋਥ ਹੋਵੇ ਕਿਉਂਕਿ ਕਿਤੇ ਨਾ ਕਿਤੇ ਇੱਕੀ ਚੀਜ਼ ਆ ਰਹੀ ਕਿ ਅਸੀਂ ਇੱਕ ਹੀਰਾ ਜਿਹੜਾ ਗਵਾ ਚੁੱਕੇ ਆ ਇੰਡਸਟਰੀ ਦਾ ਆਪਣੇ ਦਾ ਪੰਜਾਬ ਦਾ ਹੀਰਾ ਗਵਾ ਚੁੱਕੇ ਆ ਦੇਖੋ ਮੈਂ ਤਾਂ ਇੱਕ ਬੇਨਤੀ ਕਰਨ ਚਾਹੂੰਗਾ ਜੀ ਪਹਿਲਾਂ ਤਾਂ ਜਿਹੜੇ ਸਾਰੇ ਸਿੱਧੂ ਮੂਸੇਵਾਲੇ ਨੂੰ ਦਿਲੋਂ ਪਿਆਰ ਕਰਦੇ ਨੇ ਲੋਕ ਕਿ ਆਪਾਂ ਨਾ ਸਿੱਧੂ ਸਾਡੇ ਦਿਲਾਂ 'ਚ ਹਮੇਸ਼ਾ ਵਸਦਾ ਰਹੂਗਾ ਮੇਰੇ ਪਿਆਰੇ ਮਿੱਕੇ ਕਿ ਕਿ ਸੀਰੀਲ ਤੌਰ ਤੇ ਸਾ ਤੋਂ ਵਿਛੜ ਗਿਆ ਹੋ ਪਰ ਸਿੱਧੂ ਨੂੰ ਅਸੀਂ ਆਪਣੇ ਦਿਲਾਂ ਵਿੱਚ ਯਾਦ ਰੱਖਣਾ ਹੈ ਸਿਲੋਂ ਤੋਂ ਸਿੱਧੂ ਦੀ ਨੇਕ ਨੀਤੀ ਜਿਹੜੀ ਉਹਦੀ ਸਾਫ਼ ਦਿਲੀ ਸੀ ਜਿੰਦਾ ਦਿਲੀ ਸੀ ਜਿਹੜੀ ਮਰਕ ਨਾਲੋਂ ਜਿਉਂਦਾ ਰਿਹਾ ਹੈ ਜਿਹੜੀ ਬਰਕ ਨਾਲੋਂ ਜਿਉਂਦਾ ਰਿਹਾ ਉਹ ਬਰਕ ਸਾਡੇ ਦਿਲਾਂ 'ਚ ਕਾਇਮ ਰਹਿਣੀ ਚਾਹੀਦੀ ਹੈ ਕਿ ਅਸੀਂ ਇਸ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਕਿ ਸਿੱਧੂ ਨੂੰ ਮਨਾਂ ਚ ਯਾਦ ਰੱਖੀਏ। ਆਪ ਕੋਈ ਵੀ ਅਜਿਹਾ ਗਲਤ ਕੰਮ ਨਾ ਕਰੀਏ। ਕਿਸੇ ਬੱਚੇ ਨੇ ਦਵਾਈ ਪੀਣ ਦੀ ਕੋਸ਼ਿਸ਼ ਕੀਤੀ। ਮਤਲਬ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਜਿਹੜੀ ਇੰਡਸਟਰੀ ਦੀ ਗੱਲ ਹੈ, ਇੰਡਸਟਰੀ ਲਈ ਮੈਂ ਇਹ ਗੱਲ ਕਰਨਾ ਕਿ ਸਿੱਧੂ ਵਰਗਾ ਬੰਦਾ ਜਿਹੜਾ ਆਪ ਇਹ ਮੰਨਦਾ, ਕਈ ਵਾਰ ਉਹਨਾਂ ਇੰਟਰਵਿਊ ਵਿੱਚ ਵੀ ਕਿਹਾ, ਸਨ ਤੋਂ ਬਹੁਤ ਵਾਰ ਕਿਹਾ ਉਹਨੇ ਕਿ ਮੈਂ ਮਾਨਸਾ ਦੇ ਟਿੱਬਿਆਂ 'ਚ ਉੱਠ ਕੇ, ਮੂਸੇ ਪਿੰਡ ਤੋਂ ਉੱਠ ਕੇ ਜੇ ਦੁਨੀਆ ਦੇ ਉੱਤੇ ਆਪਣੀ ਛਾਪ ਛੱਡ ਸਕਦਾ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਸਾਡੇ ਕੋਲੇ ਨਹੀਂ ਕੈਪੇਬਿਲਿ ਬਹੁਤ ਕੈਪੇਬਿਲਿਟੀ ਹੈ ਬਹੁਤ ਟੈਲੈਂਟ ਹੈ ਸਾਡੇ ਬੱਚਿਆਂ ਕੋਲੇ ਸਾਡੇ ਸਾਰਿਆਂ ਕੋਲੇ ਬਹੁਤ ਟੈਲੈਂਟ ਹੈ ਸੋ ਆਪਾਂ ਇਸ ਟੈਲੈਂਟ ਨੂੰ ਇਹਨਾਂ ਗੱਲਾਂ 'ਚ ਬਰਬਾਦ ਨਾ ਕਰੀਏ ਕਿ ਜਿਵੇਂ ਸਿਆਣੇ ਕਹੇ ਕਰਦੇ ਸੀ ਕਿ ਦੂਜੀ ਲੀਕ ਨਾ ਮਟਾਈਏ ਆਪਣੇ ਬਰਾਬਰ ਲੀਕ ਖਿੱਚੀਏ ਸੋ ਇਹ ਜਿਹੜੀ ਈਗੋ ਛੋਟੇ ਛੋਟੀਆਂ ਸਾਡੇ 'ਚ ਪਈਆਂ ਨੇ ਛੋਟੇ ਛੋਟੇ ਸਾਡੇ 'ਚ ਰੋਸੇ ਮਰੋਠੇ ਪਏ ਆ ਹੁੰਦੇ ਨੇ ਆਪਣੇ ਨਾਲ ਹੀ ਹੁੰਦੇ ਨੇ ਇਹ ਰੋਸੇ ਮਰੋਠੇ ਛੱਡ ਕੇ ਰੋਸਿਆਂ 'ਚ ਜ਼ਿੰਦਗੀ ਨਿਲੰਘਣੀ ਚਾਹੀਦੀ ਸੋ ਅਸੀਂ ਇੱਕ ਦੂਜੇ ਨੂੰ ਐਪਰੀਸ਼ੀਏਟ ਕਰੀਏ ਉਹਦੇ ਕੰਮ ਨੂੰ ਜੇ ਸਾਨੂੰ ਲੱਗਦਾ ਕੋਈ ਸੁਝਾਅ ਉਹਨੂੰ ਸੋ ਇਸ ਕਰਕੇ ਅੱਗੇ ਵਧਾਈਏ ਅਸੀਂ ਕੁਝ ਐਸਾ ਨਵਾਂ ਕਰਕੇ ਜਾਈਏ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਯਾਦ ਰੱਖੇ ਕਿ ਸਿੱਧੂ ਵਰਗਾ ਬੰਦਾ ਜੇ ਸਰੀਰਕ ਤੌਰ ਤੇ ਤੁਰ ਗਿਆ ਸੀ ਤਾਂ ਉਹ ਜਾਣ ਤੋਂ ਬਾਅਦ ਇੱਕ ਆਹ ਗੱਲ ਵੀ ਸਾਨੂੰ ਸਿਖਾ ਕੇ ਗਿਆ ਸੀ ਬਹੁਤ ਗੱਲਾਂ ਇਸ ਸਮੇਂ ਸਿੱਖਣ ਦੀ ਲੋੜ ਹੈ ਸੋ ਆਓ ਆਪਾਂ ਸਮਝੀਏ ਤੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਸਾਂਝੀਵਾਲਤਾ ਦੇ ਨਾਲ ਇੱਕ ਦੂਜੇ ਨੇਦ ਦੇ ਨਾਲ ਆਪਾਂ ਦੁੱਖ ਸੁੱਖ ਸਾਂਝਾ ਕਰਦੇ ਹੋਈ ਇੱਕ ਦੂਜੇ ਦੀ ਮਦਦ ਕਰਦੇ ਅੱਗੇ ਵਧਈਏ ਸੋ ਸਰ ਗੱਲ ਅਟਾਰਟ ਕੀਤੀ ਸੀ ਫਿਲਮ ਤੋਂ ਤੇ ਇਹ ਨਾਲ ਦੀ ਨਾਲ ਕਿਉਂਕਿ ਇੰਡਸਟਰੀ ਦਾ ਹਿੱਸਾ ਜਿਵੇਂ ਜੋ ਮਾਹੌਲ ਸੀ ਗੱਲ ਕਰਨਾ ਬੰਦਾ ਸੀ ਇਸ ਚੀਜ਼ ਦੇ ਉੱਪਰ ਵੀ ਚਲੋ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਸਾਰੀਆਂ ਚੀਜ਼ਾਂ ਹਰ ਇੱਕ ਦੇ ਦਿਮਾਗ ਵਿੱਚ ਘੁੰਮ ਰਹੀਆਂ ਨੇ ਬਹੁਤ ਕੁਝ ਦੇਖਣ ਨੂੰ ਵੀ ਮਿਲ ਰਿਹਾ ਪਰ ਉਹੀ ਚੀਜ਼ ਹੈ ਕਿ ਹਰ ਇੱਕ ਦੇ ਵੱਲੋਂ ਇੱਕ ਸਬਰ ਦਾ ਪਾਣਾ ਮੰਨ ਕੇ ਉਸ ਚੀਜ਼ ਨੂੰ ਕਿ ਚਲੋ ਮੰਨਿਆ ਜਾਵੇ ਜੋ ਪਰਮਾਤਮਾ ਦੇ ਵੱਲੋਂ ਸੋ ਜਾਂਦਿਆਂ ਦੇ ਸਰ ਮੈਂ ਇੱਕ ਵਾਰ ਫਿਰ ਫਿਲਮ ਦੇ ਬਾਰੇ ਉਸ ਤੇ ਗੱਲ ਜਰੂਰ ਕਰਨਾ ਚਾਹਾਂਗੇ ਕਿ ਤੁਸੀਂ ਆਡੀਅנס ਨੂੰ ਕਿਉਂਕਿ ਹੁਣ ਪੋਸਟ ਦੀ ਫਿਲਮ ਇੱਕ ਅਲੱਗ ਸਿਨੇਮਾ ਕੁਝ ਲੈ ਕੇ ਆਂਦਾ ਜਾ ਰਿਹਾ ਇਹ ਵੀ ਕਿਤੇ ਨਾ ਕਿ ਉਹ ਚੀਜ਼ ਆਜਾਹੋਂ ਦੀ ਆ ਨਿਸ਼ਾਨ ਉਹ ਲੈ ਕਿ ਨਾ ਚੀਜ਼ਾਂ ਦੇ ਉੱਪਰ ਕਿ ਹਾਂ ਲੋਕ ਕਿ ਉਸ ਚੀਜ਼ ਉੱਪਰ ਧਿਆਨ ਦੇਣ ਦੇਖਣ ਕਿ ਅਸੀਂ ਪੰਜਾਬ ਨੂੰ ਹੋਰ ਸੋਨਾ ਬਣਾਈਏ ਹੋਰ ਲੋਕ ਕਿਥੋਂ ਦੇ ਤਰੱਕੀ ਕਰਨ ਸਾਡਾ ਹੋਰ ਪੰਜਾਬ ਜਿਹੜਾ ਕਾਮਯਾਬੀ ਵੱਲ ਜਾਵੇ ਦੇਖੋ ਗੱਲ ਇਹ ਹੈ ਇਸ ਸਮੇਂ ਸਾਡੇ ਕੋਲ ਨਾ ਸਿਨੇਮਾ ਤੇ ਟੈਲੀਵਿਜ਼ਨ ਸਾਧਨ ਇਹੋ ਜਿਹੇ ਬੱਚੇ ਨੇ ਜਿਹੜੇ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਹੈ ਸਾਡੀ ਮਾਤਰ ਟੰਗ ਹੈ ਇਹਨੂੰ ਦੁਨੀਆ 'ਚ ਫਲਾ ਰਹੇ ਨੇ ਜਿਹੜੇ ਸਾਡੇ ਬੱਚੇ ਮਾਈਗ੍ਰੇਟ ਹੋ ਕੇ ਬਾਹਰ ਚਲੇ ਗਏ ਉਹਨਾਂ ਦੇ ਅੱਗੇ ਬੱਚੇ ਪੈਦਾ ਹੋਏ ਫੋਰਨ ਕੰਟਰੀਜ਼ 'ਚ ਪੈਦਾ ਹੋਏ ਉਹ ਪੰਜਾਬੀ ਨਹੀਂ ਸੀ ਬੋਲਦੇ ਸਾਡੀਆਂ ਫਿਲਮਾਂ ਨੂੰ ਦੇਖ ਕੇ ਪੰਜਾਬੀ ਬੋਲਣਾ ਸਿੱਖੇ ਹੋ ਬਹੁਤ ਸਾਰੇ ਪੰਜਾਬੀ ਦੇ ਅਸੀਂ ਸ਼ਬਦ ਜਿਹੜੇ ਅਲੋਪ ਹੋ ਗਏ ਸਾਡੇ ਬੋਲ ਚਾਲਣ ਚੋਂ ਆਮ ਜ਼ਿੰਦਗੀ ਚੋਂ ਉਹ ਫਿਲਮਾਂ ਦੇਖ ਕੇ ਦੁਬਾਰਾ ਲੋਕ ਬੋਲਣ ਲੱਗੇ ਸੋ ਸਾਡੇ ਕਲਚਰ ਦਾ ਇੱਕ ਡਾਕੂਮੈਂਟ ਹੈ ਸਾਡੇ ਬੱਚਿਆਂ ਨੇ ਉਹ 2050 ਦੇ ਵਿੱਚ 60 70 ਦੇ ਵਿੱਚ ਜਾ ਕੇ ਜੇ ਦੇਖਣਾ ਹੋਵੇ ਕਿ 2022 ਦੇ ਲੋਕ ਕਿਵੇਂ ਜਿਉਂਦੇ ਸੀ 2047 1947 ਦੇ ਲੋਕ ਕਿਵੇਂ ਜਿਉਂਦੇ ਸੀ ਉਹ ਸਿਨੇਮਾ ਇੱਕ ਡਾਕੂਮੈਂਟ ਹੈ ਉਹ ਚੱਕ ਕੇ ਦੇਖਣਗੇ ਉਹ ਫਿਲਮ ਸਾਡੇ ਕੋਲ ਹਮੇਸ਼ਾ ਪਈ ਹੈ ਕੀ ਅੱਛਾ ਇਹੋ ਜਿਹਾ ਪਹਿਰਾਵਾ ਸੀ ਇਹੋ ਜਿਹੀ ਸਾਂਝ ਸੀ ਆਏ ਰਹਿੰਦੇ ਸੀ ਉਹਨਾਂ ਦਾ ਰਹਿਣ ਸਹਿਣ ਕੀ ਸੀ ਸੋ ਇਹ ਇੱਕ ਡਾਕੂਮੈਂਟੇਸ਼ਨ ਵੀ ਮੈਂ ਸਮਝਦਾ ਤੁਹਾਨੂੰ ਪੰਜਾਬੀ ਸਿਨੇਮੇ ਨੂੰ ਇਸ ਹਿਸਾਬ ਨਾਲ ਲੈਣਾ ਚਾਹੀਦਾ ਹੈ ਕਿ ਇਹ ਸਾਡੀ ਮਾਂ ਬੋਲੀ ਦੀ ਪ੍ਰਚਾਰ ਕਰਨ ਦਾ ਸਾਧਨ ਹੈ ਸਾਡੇ ਕਲਚਰ ਤੇ ਸਾਡੀ ਵਿਰਾਸਤ ਨੂੰ ਸੰਭਾਲਣ ਦਾ ਸਾਧਨ ਹੈ ਕਿਉਂਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਦਾ ਗਿਆਨ ਕਿਤਾਬਾਂ ਵਿੱਚ ਲਿਖਤਾ ਨਾ ਉਹ ਕਿਤਾਬਾਂ ਚ ਗਿਆਨ ਲੈ ਕੇ ਇਥੋਂ ਚਲੇਗੇ ਦੁਨੀਆ ਤੋਂ ਕਿਤਾਬਾਂ ਸਾਡੇ ਕੋਲ ਲਾਇਬ੍ਰੇਰੀ ਚ ਬੰਦ ਨੇ ਬੱਚਿਆਂ ਕੋਲ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਹੈ ਸੋ ਇਹ ਜਿਹੜਾ ਮਾਧਿਅਮ ਹੈ ਫਿਲਮਾਂ ਟੈਲੀਵਿਜ਼ਨ ਹੈ ਉਹ ਉਹਨਾਂ ਕਿਤਾਬਾਂ ਦੇ ਗਿਆਨ ਨੂੰ ਕੈਰੀ ਕਰਕੇ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾ ਸਕਦੇ ਨੇ ਇਹ ਸਭ ਤੋਂ ਵੱਡਾ ਸਾਧਨ ਹੈ ਸੋ ਇਸ ਕਰਕੇ ਤੁਹਾਨੂੰ ਚੰਗੀਆਂ ਚੀਜ਼ਾਂ ਨੂੰ ਹਮੇਸ਼ਾ ਐਪਰੀਸ਼ੀਏਟ ਕਰਨਾ ਚਾਹੀਦਾ ਚੰਗੀਆਂ ਕਿਤਾਬਾਂ ਪੜ੍ਹਨੀ ਚਾਹੀਦੀਆਂ ਚੰਗੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰੋ ਮੈਂ ਕਹਿੰਦਾ ਸਾਤੋਂ ਵੀ ਕੋਈ ਸਿਨੇਮੇ ਵਿੱਚ ਗਲਤੀ ਹੁੰਦੀ ਤੁਸੀਂ ਦੱਸੋ ਤੁਸੀਂ ਗਲਤ ਕੀਤਾ ਹੈ ਤਾਂ ਕਿ ਸਾਨੂੰ ਸੁਧਾਰਨ ਦਾ ਮੌਕਾ ਮਿਲੇ ਸੋ ਸਿਨੇਮਾ ਲਈ ਜਿਵੇਂ ਸਾਨੂੰ ਸਵਾਲ ਬਹੁਤ ਸਾਰੇ ਪੱਤਰਕਾਰ ਕਰ ਦਿੰਨੇ ਕਿ ਸੌਦਾ ਸਿਨੇਮਾ ਬਹੁਤ ਵੱਡਾ ਹੋ ਗਿਆ ਉਹ ਸਿਨੇਮਾ ਇਸ ਕਰਕੇ ਵੱਡਾ ਹੋ ਗਿਆ ਕਿ ਉੱਥੋਂ ਦੇ ਲੋਕ ਆਪਣੀ ਮਦਰ ਟੰਗ ਨੂੰ ਪਿਆਰ ਕਰਦੇ ਨੇ ਉਹ ਕਹਿੰਦੇ ਦੂਜੀ ਭਾਸ਼ਾ ਦੀ ਫਿਲਮ ਹੀ ਦੇਖਾਂਗੇ ਬਾਅਦ ਚ ਦੇਖਾਂਗੇ ਪਹਿਲਾਂ ਆਪਣੀ ਫਿਲਮ ਦੇਖੀਏ ਸੋ ਇਸ ਕਰਕੇ ਇਸ ਇੰਡਸਟਰੀ ਵਿੱਚ ਵੀ ਸਾਰਿਆਂ ਨੂੰ ਜ਼ੋਰ ਪਾਉਣੇ ਆ ਕਿ ਤੁਸੀਂ ਜਿਹੜੇ ਇਸ ਲਾਈਨ 'ਚੋਂ ਤੁਹਾਡੀ ਰਸੋਈ ਚੱਲਦੀ ਹੈ ਕੰਮ ਕਰ ਚੱਲਦਾ ਹੈ ਪਹਿਲਾਂ ਤੁਸੀਂ ਫਿਲਮ ਦੇਖਣੀ ਸ਼ੁਰੂ ਕਰੋ ਫਿਰ ਲੋਕ ਦੇਖਣੀ ਸ਼ੁਰੂ ਕਰਨਗੇ ਸਾਡੀ ਜਿਹੜੀ ਮੈਂ ਜੇ ਕੰਮ ਕਰਦਾ ਜੇ ਮੇਰੀ ਫੈਮਿਲੀ ਫਿਲਮਾਂ ਫਿਲਮਾਂ ਦੇਖੇ ਫਿਰ ਤਾਂ ਲੱਖ ਲਾਣ ਦਾ ਮੈਂ ਜਿਹੜੇ ਸਿਨੇਮੇ ਤੇ ਰੋਟੀ ਖਾਨਾ ਹੈ ਜੇ ਮੈਂ ਇਸਨੇ ਮੈਨੂੰ ਪਿਆਰ ਨਹੀਂ ਕਰ ਰਿਹਾ ਜੇ ਮੇਰੇ ਘਰ ਦੇ ਮੇਰੇ ਮਾਪੇ ਮੇਰੀ ਘਰ ਵਾਲੀ ਮੇਰੇ ਬੱਚੇ ਫਿਲਮ ਦੇਖ ਨਹੀਂ ਜਾਂਦੇ ਫਿਰ ਅਸੀਂ ਲੋਕਾਂ ਨੂੰ ਕੀ ਉਮੀਦ ਕਰ ਸਕਦੇ ਆ ਸੋ ਇਸ ਕਰਕੇ ਸਿਨੇਮਾ ਅੱਜ ਸਾਡੇ ਕੋਲ ਇੱਕ ਵੱਡਾ ਸਾਧਨ ਹੈ ਸਾਡੀ ਬੋਲੀ ਸਾਡੇ ਕਲਚਰ ਨੂੰ ਫਲਾਉਣ ਦਾ ਤੇ ਬਚਾਉਣ ਦਾ ਸੋ ਉਹਦੇ ਪ੍ਰਤੀ ਸਵਹਿਰਦ ਹੋਈਏ ਇਹ ਸਾਡਾ ਸੁਨੇਹਾ ਹੈ ਜੀ ਬਹੁਤ ਬਹੁਤ ਧੰਨਵਾਦ ਮਲਕੀਤ ਸਰ ਤੁਹਾਡਾ ਗੱਲਬਾਤ ਕਰਨ ਦੇ ਲਈ ਤੁਹਾਡੀ ਫਿਲਮ ਆ ਰਹੀ ਆ ਸੋ ਉਹੀ ਚੀਜ਼ ਅਸੀਂ ਕਹਾਂਗੇ ਕਿ ਜਦੋਂ ਇੱਕ ਨਵਾਂ ਏਦਾਂ ਦਾ ਕਨਸੈਪਟ ਲੈ ਕੇ ਆਂਦਾ ਜਾਂਦਾ ਹੈ ਤਾਂ ਜ਼ਰੂਰ ਦੇਖਿਆ ਜਾਵੇ ਪਿਆਰ ਦਿੱਤਾ ਜਾਏ ਤਾਂ ਕਿ ਇੰਡਸਟਰੀ ਦੇ ਵਿੱਚ ਹੋਰ ਵੀ ਨਵੇਂ-ਨਵੇਂ ਮੀਨਿੰਗਫੁਲ ਏਦਾਂ ਦਾ ਸਿਨੇਮਾ ਆਵੇ ਨਵੀਆਂ ਜਿਹੜੀਆਂ ਨੇ ਫਿਲਮਾਂ ਆਉਣ ਸੋ ਤੁਸੀਂ ਪੋਸਟਿਵ ਫਿਲਮ ਨੂੰ ਦੇਖਣ ਦੇ ਲਈ ਕਿੰਨੇ ਕਿ ਜ਼ਿਆਦਾ ਐਕਸਾਈਟਡ ਹੋ ਤੁਹਾਨੂੰ ਕੀ ਲੱਗਦਾ ਕਿ ਪੋਸਟਿਵ ਫਿਲਮ ਦੇ ਵਿੱਚ ਕੀ ਕੁਝ ਖਾਸ ਹੋਏਗਾ ਤੇ ਇਹਦੇ ਨਾਲ ਕਿੰਨਾ ਕੁ ਜਿਹੜਾ ਚੇਨ ਸਾਡੀ ਸੋਸਾਇਟੀ ਦੇ ਵਿੱਚ ਆ ਸਕਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੋ ਸੋ ਹਰ TV.